ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਮੈਂ ਉਹ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਆਪਣਾ ਡਾਕਟਰ ਆਪ ਬਣੋ ਦੇ ਲੜੀਵਾਰ 21 ਲੈ ਕੇ ਹਾਜ਼ਰ ਹੋਇਆ ਵੀ ਜੋ ਓਨ ਡਾਕਟਰ ਐਪੀਸੋਡ ਨੰਬਰ 21 ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇੱਕ ਨਵੇਂ ਕਨਸੈਪਟ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਜਿਹੜਾ ਨਵਾਂ ਕਨਸੈਪਟ ਹੈ ਉਹ ਤੁਹਾਨੂੰ ਅਜਹੀ ਜਾਣਕਾਰੀ ਦੇਗਾ ਜਿਹਦੇ ਨਾਲ ਤੁਹਾਡੇ ਜਿਹੜੇ ਵੱਡੇ ਵੱਡੇ ਜਿਹੜੇ ਸਵਾਲ ਨੇ ਉਹ ਵੀ ਹੱਲ ਕਰੇਗਾ ਤੇ ਨਾਲੇ ਨਾਲੇ ਜਿਹੜਾ ਤੁਹਾਨੂੰ ਜਿਹੜਾ ਉਹ ਇੱਕ ਅਜਿਹੀ ਟੈਕਨੀਕ ਦੇ ਕੇ ਜਾਏਗਾ ਜਿਸ ਦੇ ਨਾਲ ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਲੋਗੇ ਡਾਕਟਰ ਸਾਹਿਬ ਤੁਹਾਡਾ ਨਿਊਜ਼ਸ਼ੀਅਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਸੁੱਤਿਆਂ ਨੂੰ ਡਾਕਟਰ ਸਾਹਿਬ ਆਪਣਾ ਡਾਕਟਰ ਆਪ ਬਣੋ ਅੱਜ 21 ਮਈ ਲੜੀਵਾਰ 21 ਵਾ ਹੈਗਾ ਤੇ ਫਿਰ ਅੱਜ ਕਿੱਥੋਂ ਸ਼ੁਰੂਆਤ ਕਰੋਂਗੇ ਅੱਜ ਆਪਾਂ ਮਿਲਟਸ ਤੇ ਗੱਲ ਕਰਦੇ ਆਂ ਮਿਲਟਸ ਜਿਹੜੀ ਹੈ ਜਿਹਨੂੰ ਆਪਾਂ ਪੰਜ ਮਿਲਟਸ ਨੇ ਜਿਹਨੂੰ ਡਾਕਟਰ ਖਾਦਰ ਵੈਲੇ ਸ੍ਰੀ ਧਾਨੀਆਂ ਇੱਜ਼ਤ ਨਾਲ ਨਾਮ ਦਿੱਤਾ ਸ੍ਰੀ ਧਾਨੀਆਂ ਕਿ ਉਹ ਅਨਾਜ ਜਿਹੜੇ ਕਿ ਪੂਜਾ ਯੋਗ ਨੇ ਪੂਜਾ ਪੂਜਾ ਦੇ ਕਾਬਲ ਨੇ ਕਿਉਂਕਿ ਜਿਹੜੀ ਚੀਜ਼ ਸਿੱਧ ਦੇਵੇ ਤਾਂ ਵਕਈ ਉਹਨੂੰ ਕਿਉਂਕਿ ਸਾਡਾ ਤਾਂ ਸੱਭਿਆਚਾਰ ਹੈ ਕਿ ਅਸੀਂ ਖਾਣੇ ਨੂੰ ਖਾਣ ਤੋਂ ਪਹਿਲਾਂ ਮੱਥਾ ਟੇਕ ਕੇ ਫਿਰ ਖਾਂਦੇ ਹੁੰਦੇ ਸੀਗੇ ਉਹਦਾ ਸਾਡਾ ਸੜਾ ਸੱਭਿਆਚਾਰ ਹੈ ਉਹਦੇ ਅੰਦਰ ਬਹੁਤ ਗਹਿਰੀ ਸੋਚ ਹੈ ਕਿਉਂਕਿ ਜਿਸ ਭੋਜਨ ਨੇ ਮੈਨੂੰ ਚੱਲਦਾ ਫਿਰਦਾ ਰੱਖਣਾ ਹੈ ਜਿਸ ਭੋਜਨ ਨੇ ਮੈਨੂੰ ਸਿਹਤ ਦੇਣੀ ਹੈ ਜਿਸ ਭੋਜਨ ਨੇ ਮੈਨੂੰ 100 ਸਾਲ ਤੱਕ ਮੇਰਾ ਸਾਰਾ ਸਿਸਟਮ ਜਿਹੜਾ ਉਹਨੂੰ ਤੰਦਰੁਸਤ ਰੱਖਣਾ ਉਹ ਭੋਜਨ ਕਿਉਂ ਪੂਜਾਯੋਗ ਨਹੀਂ ਹੋਏਗਾ ਲੇਕਿਨ ਅੱਜ ਅਸੀਂ ਬਿਲਕੁਲ ਉਹ ਸਾਰੇ ਆਪਣੇ ਸੱਭਿਆਚਾਰ ਨੂੰ ਆਪਣੇ ਸਾਰੇ ਰਿਸ਼ੀਆਂ ਮੂਨੀਆਂ ਗੁਰੂਆਂ ਪੀਰਾਂ ਦੀਆਂ ਗੱਲਾਂ ਨੂੰ ਭੁੱਲ ਕੇ ਅੱਜ ਅਸੀਂ ਖਾਣ ਨੂੰ ਸਿਰਫ ਜੀਬ ਤੱਕ ਸੀਮਤ ਕਰ ਲਿਆ ਕਿ ਜੋ ਸਾਨੂੰ ਸਵਾਦ ਲੱਗਦਾ ਉਹਨੂੰ ਅਸੀਂ ਖਾਈ ਜਾਂਦੇ ਆ ਸੋ ਜਿਹੜੀ ਸਾਡੀ ਸਿਹਤ ਵਾਲਾ ਮਸਲਾ ਸੀ ਪਵਿੱਤਰਤਾ ਵਾਲਾ ਮਸਲਾ ਸੀ ਪੂਜਾ ਪਾਜ ਹੁੰਦੀ ਸੀ ਭੋਜਨ ਦੀ ਉਹ ਸਾਰਾ ਅਸੀਂ ਭੁੱਲ ਭੁਲਾਈ ਗਏ ਉਹ ਭੁੱਲਣ ਭੁਲਾਉਣ ਦਾ ਜਿਹੜਾ ਮਸਲਾ ਸੀਗਾ ਉਹ ਅਸੀਂ ਥੋੜੇ-ਥੋੜੇ ਅਸੀਂ ਜਾਣ ਕੇ ਨਹੀਂ ਭੁੱਲੇ ਕਿਉਂਕਿ ਰਵੈਤੀ ਚੱਲੀ ਜਾ ਰਹੀ ਹੈ ਹਜ਼ਾਰਾਂ ਸਾਲਾਂ ਤੋਂ ਕੋਈ ਨਹੀਂ ਸੀ ਭੁੱਲ ਰਿਹਾ ਕਿ ਸਾਡੀ ਜਿਹੜੀ ਜਿਹੜੀ ਕੋਈ ਸਮਾਜ ਦੇ ਅੰਦਰ ਜਿਹੜੀਆਂ ਗੱਲਾਂ ਜਿਹੜੀਆਂ ਟ੍ਰੈਡੀਸ਼ਨ ਬੇਸਡ ਹੁੰਦੀਆਂ ਨੇ ਸਾਡੀਆਂ ਇਕਦਰਾ ਕੀਮਤਾਂ ਦੇ ਬੇਸ 'ਤੇ ਉਹਦੀਆਂ ਨੂੰ ਚਲਦੀਆਂ ਰਹਿੰਦੀਆਂ ਟੁੱਟਦੀਆਂ ਨਹੀਂ ਕਦੀ ਵੀ ਲੇਕਿਨ ਸਾਡੇ ਵਾਲੇ ਦੇ ਵਿੱਚ ਐਸਾ ਐਸਾ ਇਨਫੋਰਮੇਸ਼ਨ ਦਾ ਹੜ ਆ ਗਿਆ ਜਦੋਂ মিডিਆ ਆਇਆ ਤੇ ਉਸ ਤੋਂ ਬਾਅਦ ਪਹਿਲਾਂ ਜਿਹੜੀਆਂ ਕੁਝ ਕੰਪਨੀ ਆਈਆਂ ਜਿਨ੍ਹਾਂ ਨੇ ਕਿ ਮੁਨਾਫਾ ਕੇਂਦਰਤ ਕਰਤਾ ਸਾਰਾ ਕੁਝ ਤਾਂ ਉਹਨਾਂ ਨੇ ਜਿਹੜਾ ਸਾਡੀ ਇਸ ਕਮਜ਼ੋਰੀ ਨੂੰ ਫੜ ਲਿਆ ਕਿ ਜੇ ਕੋਈ ਚੀਜ਼ ਸਵਾਦ ਬਣਾ ਦਿਓ ਤਾਂ ਚੱਲੇਗੀ ਚੱਲੇਗੀ ਉਹ ਭਾਵੇਂ ਨੁਕਸਾਨ ਵੀ ਕਰਦੀ ਹੋਵੇ ਔਰ ਕਿਤੇ ਨਾ ਤੇ ਉਸ ਉਸ ਟ੍ਰੈਪ ਚ ਅਸੀਂ ਉਸ ਜਾਲ ਚ ਫਸ ਗਏ ਤੇ ਫਸ ਕੇ ਅਸੀਂ ਜਿਹੜਾ ਉਹਦਾ ਨੈਟ ਰਿਜ਼ਲਟ ਆਪਾਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਸਤਿਆਨਾਸ਼ ਹੋ ਗਿਆ ਸੇਤਾਂ ਦਾ ਚਾਹੇ ਉਹ ਸਾਡੀ ਸਰੀਰਾਂ ਦੀ ਸਿਹਤ ਹੈ ਚਾਹੇ ਉਹ ਮਨ ਦੀ ਸਿਹਤ ਹੈ ਤੇ ਚਾਹੇ ਉਹ ਪ੍ਰਜਨਨ ਪ੍ਰਣਾਲੀ ਸਾਡੀ ਜਿਹੜੀ ਹੈ ਉਹਦੀ ਸਿਹਤ ਜਿਹੜੀ ਹੈ ਬਹੁਤ ਖਰਾਬ ਹੋ ਰਹੀ ਹੈ ਹੁਣ ਸਾਨੂੰ ਜਿਹੜਾ ਪਿਛਲੇ 15 20 ਸਾਲ ਤੋਂ ਜਿਹੜੇ ਇੱਕ ਚੇਤਨ ਡਾਕਟਰ ਸੀਗੇ ਚੇਤਨ ਲੋਕ ਸੀਗੇ ਚੇਤਨ ਬੁੱਧੀਜੀਵੀ ਸੀਗੇ ਉਹਨਾਂ ਸਾਰਿਆਂ ਦੀ ਕਲੈਕਟਿਵ ਐਫਰਟ ਦੇ ਨਾਲ ਜੇ ਆਪਾਂ ਇਹਨਾਂ ਨੂੰ ਮਾਡਰਨ ਰਿਸ਼ੀਮੁਨੀ ਕਹadien ਤਾਂ ਕੋਈ ਹੱਤ ਨਹੀਂ ਹੋਏਗਾ ਕਿਉਂਕਿ ਜਦੋਂ ਇੱਕ ਤੁਹਾਡੇ ਵਾਲੇ ਦੇ ਵળે ਗਲਤ ਕਿਸਮ ਦਾ ਜਿਹੜਾ ਸਾਰਾ ਸੱਭਿਆਚਾਰ ਗਲਤ ਕਿਸਮ ਦਾ ਜਿਹੜਾ ਸਾਰੀਆਂ ਕਦਰਾਂ ਕੀਮਤਾਂ ਖੜੀਆਂ ਕਰਤੀਆਂ ਗਈਆਂ ਹੁਣ ਤਾਂ ਉਹਨੂੰ ਤੋੜਨਾ ਵੀ ਫਿਰ ਇੱਕ ਬਹੁਤ ਹੀ ਰਿਸ਼ੀ ਨਮਾ ਲੋਕਾਂ ਦਾ ਹੀ ਕੰਮ ਹੁੰਦਾ ਤੇ ਉਹਨੂੰ ਤੋੜਨ ਵਾਸਤੇ ਜਿਹਨਾਂ ਲੋਕ ਜਿਹੜੇ ਲੋਕ ਅੱਜ ਐਫਰਟ ਕਰ ਰਹੇ ਨੇ ਤੇ ਮੁੱਖ ਧਾਰਾ ਜਿਹੜਾ ਵੱਡਾ ਵੱਡਾ ਦਾਇਤ ਬਣ ਗਿਆ ਹੋਇਆ ਜਾ ਕਾਰਪੋਰੇਟ ਫੂਡ ਕਲਚਰ ਤੇ ਕਾਰਪੋਰੇਟ ਡਰੱਗ ਕਲਚਰ ਉਹਦੇ ਖਿਲਾਫ ਜਿਹੜਾ ਡਟ ਕੇ ਸਟੈਂਡ ਲੈ ਰਹੇ ਆ ਉਹ ਪਿਛਲੇ 15 20 ਸਾਲ ਤੋਂ ਇਹ ਗੱਲ ਜਿਹੜੀ ਹੈ ਉਹ ਸ਼ਾਇਦ ਸ਼ਾਇਦ ਤਾਂ ਸ਼ੁਰੂ ਤੋਂ ਹੀ ਸੀਗੀ ਲੜਾਈ ਤਾਂ ਜਿੰਨਾ ਜਿਹੜਾ ਜਿਹੜੇ ਲੋਕ ਚੇਤਨ ਸੀਗੇ ਸ਼ੁਰੂ ਤੋਂ ਹੀ ਇਸ ਗੱਲ ਦੇ ਵਿਰੋਧ ਕਰਦੇ ਰਹੇ ਆ ਕਿ ਵੀ ਇਹ ਇੰਨੀ ਗਲਤ ਹੈ ਲੇਕਿਨ ਉਦੋਂ ਕੋਈ ਉਹਨਾਂ ਦੀ ਗੱਲ ਸੁਣਦਾ ਨਹੀਂ ਸੀਗਾ ਕਿਉਂਕਿ ਅਜੇ ਅਜੇ ਉਹਦੇ ਮਾੜੇ ਸਿੱਟੇ ਸਾਹਮਣੇ ਨਹੀਂ ਸੀ ਆਏ ਅਜੇ ਸਾਨੂੰ ਪਤਾ ਨਹੀਂ ਸੀ ਲੱਗਿਆ ਕਿ ਵੀ ਸਾਨੂੰ ਇਹਦਾ ਕੀ ਕੀ ਨੁਕਸਾਨ ਹੋ ਰਿਹਾ ਲੇਕਿਨ ਜਦੋਂ ਸਾਡੇ ਸਾਹਮਣੇ ਏਡੇ ਭयंकर ਸਿੱਟੇ ਆ ਗਏ ਤੇ ਹੁਣ ਜਿਹੜਾ ਮੈਂ ਤਾਂ ਉਹ ਦਿਨ ਵੀ ਯਾਦ ਨਹੀਂ ਅੱਜ ਤੋਂ 10 ਸਾਲ ਪਹਿਲਾਂ ਦੇ ਜਦੋਂ ਅਸੀਂ ਪਹਿਲਾਂ ਗੱਲ ਕਰਨੀ ਸ਼ੁਰੂ ਕੀਤੀ ਅੱਜ ਤੋਂ 15 ਸਾਲ ਪਹਿਲਾਂ ساری ਗੱਲ ਇਹ ਤੇ ਸਾਡੀ ਗੱਲ ਕੋਈ ਨਹੀਂ ਸੁਣਦਾ ਸੀਗਾ ਅਸਾਨੂੰ ਇਹ ਲੱਗਦਾ ਸੀ ਵੀ ਜਿਵੇਂ ਅਸੀਂ ਅਸੀਂ ਪਾਗਲ ਹੁੰਨੇ ਆ ਵੀ ਅਸੀਂ ਉਹੀ ਬੋਲੀ ਜਾਂਦੇ ਆ ਤੇ ਲੋਕ ਵੀ ਸਾਨੂੰ ਪਾਗਲ ਹੀ ਸਮਝਦੇ ਸੀਗੇ ਅੱਜ ਜਦੋਂ ਸਾਰਾ ਗੱਲ ਅਸੀਂ ਖੋਲ ਕੇ ਸਾਹਮਣੇ ਰੱਖੀ ਆ ਹੌਲੀ ਹੌਲੀ ਲੋਕਾਂ ਨੇ ਦੇਖਿਆ ਇਧਰ ਉਧਰੋਂ ਸਾਰਾ ਆਪ ਖੁਦ ਉਹਨੂੰ ਵੈਰੀਫਾਈ ਕੀਤਾ ਉਹਨੂੰ ਉਹਨੂੰ ਆਪਣੇ ਇੰਡੀਪੈਂਡੈਂਟਲੀ ਲੋਕਾਂ ਨੇ ਉਹਨੂੰ ਸਟੱਡੀ ਕੀਤਾ ਕਰ ਕਰਕੇ ਹੁਣ ਜਣਾ ਖਣਾ ਜਿਹੜਾ ਸਾਡੀ ਗੱਲ ਮੰਨਦਾ ਜੋ 10-15 ਸਾਲ ਦਾ ਸਫਰ ਹੈ ਇਹ ਮੈਂ ਕਹਾਂ ਸਾਡਾ ਸਾਰਾ ਸਾਡਾ ਇੱਥੇ ਪੰਜਾਬ 'ਚ ਹੀ ਸਫਰ ਨਹੀਂ ਹੈ ਪੂਰੇ ਇੰਡੀਆ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਵੀ ਇਹ ਸਿਮਿਲਰਲੀ ਹੋਇਆ ਚੱਲ ਰਿਹਾ ਤੇ ਪਿਛਲੇ 20 ਸਾਲ ਤੋਂ ਇਹ ਵਰਤਾਰਾ 8 ਤੋਂ ਸ਼ੁਰੂ ਹੋਈ ਜਿਆਦਾ ਰਿਸਰਚ ਹੈ ਮੇਰੇ ਖਿਆਲ 'ਚ ਬਹੁਤ ਜ਼ਿਆਦਾ 8 ਤੋਂ ਕਿ ਮੁਖਤਰਾ ਜਰਨਲਾਂ ਦੇ ਵਿੱਚ ਵੀ ਆਉਣ ਲੱਗ ਗਿਆ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਬਹੁਤ ਵੱਡਾ ਪਾਪ ਕਰ ਰਹੇ ਹੋ ਤੇ ਇਹਨੂੰ ਬੰਦ ਕਰੋ ਕਰਨਾ ਤੇ ਇਹਦੀ ਬਜਾਏ ਉਹ ਖਾਣੇ ਖਾਈਏ ਆਪਾਂ ਜਿਹੜੇ ਸਿਹਤ ਦੇਣ ਤੇ ਉਹ ਸਾਰੀਆਂ ਕੋਸ਼ਿਸ਼ਾਂ ਦਾ ਸਰਕਾਰ ਜਿਹੜੀ ਅਸੀਂ ਅੱਜ ਤੁਸੀਂ ਦੇਖ ਰਹੇ ਹੋ ਆਪਾਂ ਜਿਹੜਾ ਸੈਂਟਰ ਚਲਾ ਰਹੇ ਹਾਂ ਇੱਥੇ ਉਹ ਉਹ ਉਹਦੇ ਵਿੱਚ ਉਹਨੂੰ ਅਸੀਂ ਉਹਨੂੰ ਸੀ ਸੀ ਸਿੰਪਲੀਫਾਈ ਕਰਕੇ ਉਹਨੂੰ ਉਹਨੂੰ ਐਸਾ ਐਸੇ ਪ੍ਰੋਟੋਕਾਲ ਦੀ ਐਸੇ ਐਸੇ ਜਿਹੜੀ ਜਿਆਦਾ ਬਣਾ ਕੇ ਸਾਰਾ ਪੈਕੇਜ ਬਣਾ ਕੇ ਦੇ ਰਹੇ ਆ ਕਿ ਜਿੱਤਾਂਗੇ ਲੋਕ ਜਿਹੜੇ ਨੇ ਆਸਾਨੀ ਨਾਲ ਉਹਨੂੰ ਸਮਝ ਸਕਣ ਤੇ ਅਸੀਂ ਅੱਜ ਸਾਨੂੰ ਲੱਗਦਾ ਹੈ ਕਿ ਅਸੀਂ ਲਹਿਰ ਬਣਾ ਸਕਾਂਗੇ ਅੱਜ ਸਾਨੂੰ ਕੌਨਫੀਡੈਂਸ ਹੈ ਆਪਣੇ ਆਪ ਤੇ ਪੂਰਾ ਭਰੋਸਾ ਹੈ ਤੇ ਅਸੀਂ ਪੂਰੇ ਪ੍ਰੋਸੈਸ ਨਾਲ ਕਹਿੰਦੇ ਆ ਤੁਹਾਡੀ ਆਪਾਂ ਟੀਵੀ ਚ ਚੈਨਲ ਦੇ ਉੱਪਰ ਵੀ ਪੂਰਾ ਅਨਾਉਂਸ ਕਰਦੇ ਆ ਪੂਰੇ ਦਮਖਮ ਦੇ ਨਾਲ ਕਿ ਅਸੀਂ ਆਉਣ ਵਾਲੇ ਬੋਤੋ ਦੇ ਇੱਕ ਦਾਖੇ ਚ ਇਹ ਸਾਰੇ ਕੁਝ ਨੂੰ ਲਹਿਰ ਬਣਾ ਦਾਂਗੇ ਕਿ ਲੋਕ ਸਿਹਤਮੰਦ ਭੋਜਨ ਖਾਂਣਗੇ ਤੇ ਬਿਮਾਰੀਆਂ ਜਾਂ ਤਾਂ ਜੇ ਨਹੀਂ ਹੋਗੀਆਂ ਤਾਂ ਹੋਣਗੀਆਂ ਨਹੀਂ ਜੇ ਹੋ ਵੀ ਜਾਣਗੀਆਂ ਤਾਂ ਕੋਈ ਗੱਲ ਨਹੀਂ ਫਿਰ ਵੀ ਆਪਾਂ ਨੂੰ ਰਿਵਰਸ ਕਰ ਸਕਦੇ ਆਂ ਤਾਂ ਇਹ ਜਿਹੜੀ ਗੱਲ ਹੈ ਉਹਦੇ 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 ਉਸੇ ਉਹ ਸਾਡੇ ਕੋਲ ਟੂਲਸ ਕੀ ਨੇ ਉਹਦੇ ਹਥਿਆਰ ਕੀ ਨੇ ਇਹ ਸਾਰੀ ਸਾਡੇ ਇੰਨੇ ਕੌਨਫੀਡੈਂਸ ਦਾ ਜੜ ਕਿੱਥੇ ਆ ਕਾਰਨ ਕੀ ਆ ਉਹ ਜੜ ਦੇ ਵਿੱਚ ਜਿਹੜਾ ਹੈਗਾ ਉਹ ਮਿਲਟਸ ਬਹੁਤ ਵੱਡਾ ਉਹਦੀ ਦੇਣਾ ਕਿ ਅਨਾਜ ਜਿਹੜੇ ਅਸੀਂ ਖਾਂਦੇ ਆ ਜਿਹੜਾ ਸਾਡਾ ਸਟੈਪਲ ਫੂਡ ਹੈ ਅਸੀਂ ਇਹਨੂੰ ਅੰਗਰੇਜ਼ੀ ਚ ਕਹਿੰਦੇ ਸਟੈਪਲ ਫੂਡ ਜਿੰਨੇ ਕਿ ਮੁੱਖ ਖਾਣਾ ਉਹ ਖਾਣਾ ਜਿਹੜਾ ਜਿਹੜਾ ਤੁਹਾਨੂੰ એનર્ਜੀ ਦਿੰਦਾ ਹੈ ਕਿਉਂ એનર્ਜੀ ਸਾਡੀ ਸਭ ਤੋਂ ਵੱਡੀ ਲੋੜ ਹੈ ਬਾਡੀ ਬਿਲਡਿੰਗ ਤੋਂ ਬਾਅਦ ਸਾਡੀ એનર્ਜੀ ਲੋੜ ਹੈ ਬਹੁਤ ਜ਼ਿਆਦਾ ਕਿਉਂਕਿ ਅਸੀਂ ਰੋਜ਼ ਖਾਣਾ ਤੇ ਰੋਜ਼ ਹੀ ਸਾਨੂੰ ਚਾਹੀਦਾ ਰੋਜ਼ ਅਸੀਂ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਖਾਂਦੇ ਆ ਤੇ ਉਸ ਖਾਣ ਦੇ ਸਿਰ ਤੇ ਅਸੀਂ ਸਾਡਾ ਜਿਹੜਾ ਸਾਰਾ ਸਾਰੀ ਗਤੀਵਿਧੀਆਂ ਹੁੰਦੀਆਂ ਨੇ ਚਾਹੇ ਉਹ ਸਾਡੀ ਬਿਨਾਂ ਮਰਜ਼ੀ ਤੋਂ ਹੁੰਦੀਆਂ ਨੇ ਅੰਦਰ ਸਾਡਾ ਦਿਲ ਧੜਕ ਰਿਹਾ ਹੈ ਸਾਡਾ ਸਾਹ ਚੱਲ ਰਿਹਾ ਹੈ ਸਾਡੇ ਸਰੀਰ ਦੇ ਵਿੱਚ 1 ਕਰੋੜ ਕਰੋੜ ਸੈੱਲ ਤੇ 11 10 ਕਰੋੜ ਕਰੋੜ ਬੈਕਟਰੀਆ 11 ਕਰੋੜ ਕਰੋੜ ਜੀਵ ਬੈਠੇ ਆ ਉਹ ਆਪਣਾ ਹਜ਼ਾਰਾਂ 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 ਐਕਟੀਵਿਟੀ ਕਰ ਰਹੇ ਆ ਉਹ ਸਾਰੀਆਂ ਐਕਟੀਵਿਟੀਆਂ ਕਾਦੇ ਸਿਰ ਤੇ ਚੱਲ ਰਹੀਆਂ ਨੇ ਊਰਜਾ ਦੇ ਸਿਰ ਤੇ ਊਰਜਾ ਜਿਹੜੀ ਕਿ ਬ੍ਰਹਮੰਡੀ ਊਰਜਾ ਫਿਰ ਉਹ ਸੂਰਜ ਦੀ ਊਰਜਾ ਫਿਰ ਉਹ ਪੱਤਿਆਂ ਰਾਹੀਂ ਹੁੰਦੀ ਹੋਈ ਫਲ ਫੂਡ ਦੀ ਸ਼ਕਲ ਚਾਕੇ ਅਸੀਂ ਖਾਂਦੇ ਆ ਤੇ ਸਾਡੇ ਅੰਦਰ ਇਹ ਕੋ ਸਾਨੂੰ ਚਲਾਉਣ ਵਾਲੀ ਊਰਜਾ ਚਲਨ ਤੂਰਜਾ ਬਣਦੀ ਸਾਡੇ ਅੰਦਰ ਜਿਹਨੂੰ ਅਸੀਂ ਏਟੀਪੀ ਕਹਿੰਦੇ ਆ ਤੇ ਉਹ ਊਰਜਾ ਜਿਹੜੀ ਸਾਡੇ ਪੱਠਿਆਂ ਨੂੰ ਵੀ ਚਲਾਉਂਦੀ ਹੈ ਸਾਡੀਆਂ ਸਾਡੀ ਨਿਗਾਹ ਖਾਂ ਰਹੀ ਅਸੀਂ ਦੇਖਦੇ ਆ ਕੰਨਾਂ ਰਾਈ ਸੁਣਦੇ ਆ ਜੀਭ ਰਾਈ ਬੋਲਦੇ ਆ ਸਾਰੇ ਕੁਝ ਊਰਜਾ ਚਾਹੀਦੀ ਹੈ ਬਿਨਾਂ ਊਰਜਾ ਤੋਂ ਕੁਝ ਨਹੀਂ ਚੱਲਦਾ ਇਸ ਇਸ ਦੁਨੀਆ 'ਚ ਜਿਹੜੀ ਸਾਰਾ ਸਾਰੇ ਬ੍ਰਹਿਮੰਡ ਦੀ ਰਚਨਾ ਦਾ ਤੇ ਸਾਰੇ ਬ੍ਰਹਿਮੰਡ ਦੀ ਫੰਕਸ਼ਨਿੰਗ ਦਾ ਆਧਾਰੀ ਊਰਜਾ ਇਸੇ ਕਰ ਸਾਡੇ ਸਰੀਰ ਦੀ ਜਿਹੜੀ 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 ਫੰਕਸ਼ਨਿੰਗ ਹੈ ਸਾਰੀ ਸਰੀਰ ਦਾ ਕੰਮਕਾਰ ਸਾਰਾ ਊਰਜਾ ਦੇ ਸਿਰ ਤੇ ਚੱਲਦਾ ਹੈ ਊਰਜਾ ਦੇਣ ਵਾਲੇ ਜਿਹੜੇ ਮੁੱਖ ਭੋਜਨ ਨੇ ਉਹ ਮਸ਼ਾਹ ਹੀ ਸਮਾਜ ਦੇ ਵਿੱਚ ਬਹੁਤ ਮੁੱਖ ਭੋਜਨ ਰਹੇ ਆ ਕਿਉਂਕਿ ਉਹਨੂੰ ਜ਼ਿਆਦਾ ਖਾਣਾ ਪੈਂਦਾ ਤੇ ਉਹ ਅਨਾਜ ਹੁੰਦੇ ਆ ਕਿ ਜਿਹੜਾ ਜਿਹੜੇ ਫਲ ਨੇ ਸਬਜ਼ੀਆਂ ਨੇ ਇਹ ਇਹਨਾਂ ਦਾ ਗੁਣ ਹੈ ਕਿ ਜਲਦੀ-ਜਲਦੀ ਹজম ਹੋ ਜਾਂਦੇ ਆ ਫਿਰ ਜਲਦੀ-ਜਲਦੀ ਫਿਰ ਉਹ ਸਰੀਰੋਂ ਬਾਹਰ ਕੱਢ ਦਿੰਦਾ ਰਹਿੰਦ ਖੁੰਦ ਨੂੰ ਲੇਕਿਨ ਅਨਾਜਾਂ ਦੇ ਅੰਦਰ ਇਹ ਗੁਣ ਹੈ ਕਿ ਅਨਾਜਾਂ ਦੀ ਊਰਜਾ ਨੂੰ ਸਰੀਰ ਸੰਭਾਲ ਕੇ ਰੱਖਦਾ ਤੇ ਸੰਭਾਲ ਕੇ ਉਹਨੂੰ 8 ਘੰਟੇ 10 ਘੰਟੇ 12 ਘੰਟੇ ਇੱਕ ਵਾਰੀ ਖਾ ਕੇ ਫਿਰ ਤੁਸੀਂ 8 ਘੰਟੇ ਨਹੀਂ ਵੀ ਖਾਓਗੇ ਤਾਂ ਤੁਹਾਨੂੰ ਬੇਨਿਸ਼ਚਿੰਤ ਹੋ ਕੇ ਤੁਸੀਂ ਆਪਣਾ ਕੰਮਕਾਰ ਕਰ ਸਕਦੇ ਹੋ ਜੇ ਤੁਸੀਂ ਕੱਲੇ ਫਲਾਂ ਤੇ ਆ ਜਾਓਗੇ ਤਾਂ ਫਲ ਖਾ ਕੇ ਦੋ ਤਿੰਨ ਘੰਟੇ ਬਾਅਦ ਤੁਹਾਡੀ ਉਹ ਜਿਹੜੀ ਊਰਜਾ ਫਿਰ ਤੁਹਾਨੂੰ ਲੈਣ ਕਿਤੇ ਨਾ ਕਿਤੇ ਫਲ ਖਾਣੇ ਪੈਣਗੇ ਸੋ ਫਲ ਵੀ ਬਹੁਤ ਅੱਛਾ ਸਰਧਾਰ ਨੇ ਊਰਜਾ ਦਾ ਸਾਧਨ ਨੇ ਲੇਕਿਨ ਫਲਾਂ ਦੀ ਇਹ ਦਿੱਕਤ ਹੈ ਕਿ ਫਲ ਖਾ ਕੇ ਤੁਸੀਂ ਦੋ ਦੋ ਕਿੰਨੇ ਘੰਟੇ ਬਾਅਦ ਤੁਹਾਨੂੰ ਫਿਰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਸਰੀਰ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਅਨਾਜ ਇੱਕ ਹੋਈ ਚੀਜ਼ ਨੇ ਜਿਹੜੀ ਕਿ ਜਿਹੜਾ ਜਿਹੜਾ ਕਿ ਤੁਸੀਂ ਕਿਉਂਕਿ ਆਫਟਰ ਆਲ ਕੰਮ ਕਰਨਾ ਤੁਸੀਂ ਤਾਂ ਹੁਣ ਸਾਰਾ ਦਿਨ ਖਾਣ ਪੀਣ ਖਰੋ ਲੱਗੇ ਰਹੋਗੇ ਤੇ ਸਾਨੂੰ ਰਾ ਸੋ ਅਨਾਜ ਜਿਹੜੇ ਨੇ ਉਹ ਜਿਹੜਾ ਸਾਡਾ ਰਵਾਇਤੀ ਅਨਾਜ ਨੇ ਕਣਕ ਤੇ ਚੌਲ ਸਾਡੀ ਬਦਕਿਸਮਤੀ ਹੋਈ ਕਿ ਪੰਜਾਬ ਦੀ ਖਾਸ ਕਰਕੇ ਮੈਂ ਕਰਾ ਬਹੁਤ ਹੀ ਤਰਸਦੀ ਹੈ ਕਿ ਸਾਡੇ ਗਲ ਜਿਹੜਾ ਕਣਕ ਤੇ ਚੌਲ ਪਾਏ ਗਏ ਇਹ ਦੋਨੋਂ ਅੱਜ ਆ ਕੇ ਸਾਨੂੰ ਸਮਝਾਈ ਕਿ ਦੋਨੋਂ ਜਿਹੜੇ ਨੇ ਇਹ ਬਿਮਾਰੀ ਦੀ ਜੜ ਨੇ ਸਾਨੂੰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਔਰ ਇਹ ਗੱਲ ਕਹਿ ਬਣਾ ਕੋਈ ਗੁਜ਼ਾਰਾ ਨਹੀਂ ਹੈ ਕਿਉਂਕਿ ਗੱਲ ਸਿੱਧ ਹੋ ਗਈ ਕਿ ਕਣਕ ਜਿਹੜੀ ਹੈ ਜਿਹੜੀ ਹਾਈਬ੍ਰਿਡ ਜੀ ਕਣਕ ਖਾਸ ਕਰਕੇ ਉਹ ਜਿਹੜੀ ਸਾਡੀ ਪੁਰਾਣੀ ਆਰਗੈਨਿਕ ਦੁੱਧ ਜੀ ਪ੍ਰਾਤਨ ਕਰਨ ਕਿ ਸੀਗੀ ਉਹ ਉਹ ਫਿਰ ਵੀ ਉਠੋਸ ਸੀਗੀ ਬਾਤ ਤੇ ਇਹ ਤਾਂ ਜਿਹੜੀ ਕਰਨ ਕੋਦਾਂ ਹੀ ਜਿਹੜੇ 슈ਗਰ ਦਾ ਦੀ ਪੀਕ ਮਰਦੀ ਹੈ ਚੌਲਾ ਵਾਂਗੂ ਪਲੇਨ ਚਿੱਟੇ ਚੌਲਾ ਵਾਂਗੂ ਹੀ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਚਿੱਟੇ ਚੌਲਾਂ ਨੂੰ ਬੜਾ ਨਖਿੱਦ ਸਮਝਾਇਆ ਜਾਂਦਾ ਸੀਗਾ ਉਸੇ ਕਰਕੇ ਕਿ ਇਹਦੇ ਚ ਕਲੀ ਕਲੀ 슈ਗਰ 슈ਗਰ ਪੈਦਾ ਹੁੰਦੀ ਹੈ ਇਹਦੇ ਚ ਜਿਹੜਾ ਹੈ ਜਿਹੜਾ ਬਾਕੀ ਤੱਤ ਨੇ ਉਹ ਬੈਲੈਂਸਡ ਨਹੀਂ ਹੈਗੇ ਤੋ ਕਿਤੇ ਕਿਤੇ ਇਹ ਦੋਨੋਂ ਅਨਾਜ ਜਿਹੜੇ ਨੇ ਜਦੋਂ ਇਹ ਸਿੱਧ ਹੋ ਗਿਆ ਕਿ ਇਹ ਤੰਦਰੁਸਤੀ ਨਹੀਂ ਦਿੰਦੇ ਤਾਂ ਉਹਦਾ ਫਿਰ ਬਦਲ ਢੂੰਡਣਾ ਪੈ ਰਿਹਾ ਤੇ ਬਦਲ ਸਾਡੇ ਕੋਲੇ ਬਹੁਤ ਵਧੀਆ ਅਨਾਜ ਹੈਗੇ ਆ ਜਿਹਨੂੰ ਕਿ ਡਾਕਟਰ ਖਾਦਰਵਲੀ ਨੇ ਫਿਰ ਅਨਾਜਾਂ ਨੂੰ ਤਿੰਨ ਇਤਸਾਂ ਵਿੱਚ ਵੰਡਤਾ ਉਹ ਸਮਝਣ ਵਾਸਤੇ ਉਹ ਵਧੀਆ ਕਲਾਸੀਫਿਕੇਸ਼ਨ ਹੈ ਮੈਂ ਸਮਝਦਾ ਡਾਕਟਰ ਖਾਦਰਵਲੀ ਦੀ ਕਿ ਇੱਕ ਨੂੰ ਕਿਹਾ 네ਗੇਟਿਵ ਅਨਾਜ 네ਗੇਟਿਵ ਅਨਾਜ ਚ ਤੁਸੀਂ ਰਨ ਹੋਵੋਗੇ ਜਾਣ ਕੇ ਕਿ ਦੋ ਹੀ ਰਾਜ ਨੇ ਜਿਹੜੇ ਨੂੰ 네ਗੇਟਿਵ ਚ ਦੀ ਕੈਟਗਰੀ ਜੱਖਿਆ ਉਹਨਾਂ ਨੇ ਚਿੱਟੇ ਚੌਲ ਤੇ ਜਿਹੜਾ ਹੈ ਕਣਕ ਜਿਹੜੀ ਅੱਜ ਦੀ ਮਾਡਰਨ ਕਣਕ ਹੈ ਕਿਉਂ ਕਿਉਂ ਉਹਨਾਂ ਨੂੰ ਨੈਗੇਟਿਵ ਨਾਜ ਕਿਹਾ ਕਿ ਬਿਮਾਰੀਆਂ ਕਰਦੇ ਨੇ ਬਿਮਾਰੀਆਂ ਦਾ ਜੜ ਬਣਦੇ ਆ ਫਿਰ ਉਹਨਾਂ ਨੇ ਕਿਹਾ ਨਿਊਟਰਲ ਅਨਾਜ ਨਿਊਟਰਲ ਦਾ ਮਤਲਬ ਇਹ ਹੈ ਕਿ ਜੇ ਸਿਹਤਮੰਦ ਬੰਦਾ ਖਾ ਲਵੇ ਤਾਂ ਉਹ ਤਾਂ ਸਿਹਤਮੰਦ ਰਹਿੰਦਾ ਲੇਕਿਨ ਬਿਮਾਰ ਨੂੰ ਸਿਹਤਮੰਦ ਨਹੀਂ ਕਰ ਸਕਦੇ ਉਹ ਤਾਂ ਨਿਊਟਰਲ ਨਾਜਾਂ ਦੇ ਵਿੱਚ ਤੁਹਾਡੇ ਸਾਰੇ ਆ ਜਾਂਦੇ ਨੇ ਮੱਕੀ ਹੈ ਬਾਜਰਾ ਹੈ ਜਵਾਰ ਹੈ ਜੋਹ ਹੈ ਜਵੀ ਹੈ ਤੁਹਾਡਾ ਜਿਹੜੇ ਨੇ ਕਿਸੇ ਹੱਦ ਤੱਕ ਆਪਾਂ ਬ੍ਰਾਊਨ ਰਾਈਸ ਨੂੰ ਵੀ ਰੱਖ ਸਕਦੇ ਹਾਂ ਇੱਥੇ ਬ੍ਰਾਊਨ ਰਾਈਸ ਨੂੰ ਵੀ ਰੱਖ ਸਕਦੇ ਹਾਂ ਇੱਥੇ ਉਸ ਤੋਂ ਬਾਅਦ ਤੁਹਾਡੇ ਅੱਗੇ ਗਰਾਗੀ ਹੈ ਪ੍ਰੋਜ਼ੋ ਮਿਲਟ ਹੈ ਬਲੈਂਕ ਰਾਈਸ ਆ ਬਲ ਬਹੁਤ ਸਾਰੇ ਜਿਹੜੇ 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 ਪਾਲਿਸ਼ ਤੇ ਜਿਹੜੇ ਉਹ ਤੋਂ ਛਿਲਕਾ ਲਾਇਆ ਹੈ ਤੋਂ ਜਿਹੜੀ ਜਿਹਨੂੰ ਆਪਾਂ ਅੰਦਰ ਕਹਿੰਦੇ ਆ ਰਾਈਸ ਬ੍ਰਾਊਨ ਜਾਂ ਨਰਮ ਛਿਲਕਾ ਦਾ ਨਾਂ ਲਾਇਆ ਹੋਇਆ ਦੋਸਤੋ ਰਾਈ ਜਿਹੜੇ ਜਿਹ ਅਸੀਂ ਚੌਲ ਖਾਂਦੇ ਆ ਇਹ ਚੋਂ ਪਹਿਲਾਂ ਮੋਟਾ ਛਿਲਕਾ ਉਤਰਦਾ ਉਤੋਂ ਇਨ ਨੂੰ ਆਪ ਫੱਕ ਕਰਨੇ ਆ ਜਿਰੀ ਦੀ ਫੱਕ ਫਿਰ ਉਹਦੇ ਅੰਦਰ ਇੱਕ ਬਰੀਕ ਛਿਲਕਾ ਹੁੰਦਾ ਉਹ ਵੀ ਤਾਰ ਲਿਆ ਜਾਂਦਾ ਉਹਦਾ ਤੇਲ ਕੱਢਿਆ ਜਾਂਦਾ ਜਿਨੂੰ ਜਿਹੜੇ ਸੀਲਾ ਦੇ ਨਾਂ ਤੇ ਜਾਂਦੇ ਤੇ ਹੱਥੇ ਵਿੱਚ ਆ ਜਾਂਦਾ ਰਾਈਸ ਬਰਾਉਨ ਰਾਈਸ ਬਰਾਉਨ ਉਹਨਾਂ ਦਾ ਤੇ ਰਾਈਸ ਬਰਾਉਨ ਜਿਹੜਾ ਜਿਹੜਾ ਹੈ ਉਹ ਉਹ ਵੀ ਤਾਰ ਕੇ ਫਿਰ ਉਹਤੇ ਪਾਲਿਸ਼ ਕੀਤੀ ਜਾਂਦੀ ਹੈ ਚਿੱਟੇ ਚੌਲਾਂ ਤੇ ਉਹ ਕਰਦੇ ਕਰਦੇ ਅਲਟੀਮੇਟਲੀ ਉਹਦੇ ਸੈਂਟਰ ਦਾ ਉਹ ਹਿੱਸਾ ਬਚ ਜਾਂਦਾ ਜਿਹਦੇ ਸਿਰਫ ਸਟਾਰਚ ਆ ਬਾਕੀ ਖੁਰਾਕੀ ਤੱਤ ਉਹਦੇ ਜੋ ਗਾਇਬ ਨੇ ਖਾਸ ਕਰਕੇ ਫਾਈਬਰ ਗਾਇਬ ਹੈ ਜਿਨੂੰ ਰੇਸ਼ਾ ਕਹਿੰਦੇ ਆ ਅਸੀਂ ਰੇਸ਼ਾ ਜਿਹੜਾ ਕਿ ਭੋਜਨ ਦਾ ਜਿਹਨੂੰ ਕਹਿੰਦੇ ਇੱਕ ਢਾਂਚਾ ਹੁੰਦਾ ਜਿਹਦੇ ਉੱਪਰ ਸਟਾਰਚ ਲੱਗੀ ਹੁੰਦੀ ਹੈ ਤਾਂ ਉਹ ਗਾਇਬ ਹੀ ਹੋ ਗਿਆ ਵਿੱਚੋਂ ਉਹਦੇ ਗਾਇਬ ਹੋਣ ਨਾਲ ਕੀ ਹੋਇਆ ਕਿ ਇਕੱਲੀ ਸਟਾਰਚ ਰਹਿ ਗਈ ਸਟਾਰਚ ਅਗਰ ਕੋਈ ਵੀ ਬੰਦਾ ਉਹ ਖਾਏਗਾ ਜਿਹੜਾ ਕਿ ਸਖਤ ਮੁਸ਼ੱਕਤ ਨਹੀਂ ਕਰਦਾ ਤੁਹਾਨੂੰ ਬਹੁਤ ਨੁਕਸਾਨ ਕਰੇਗੀ ਉਹ ਮੁਸ਼ੱਕਤ ਵਾਲਾ ਬੰਦਾ ਤਾਂ ਜੇਮ ਕਰ ਜਾਏਗਾ ਕਿਉਂਕਿ ਇਹਦੀ ਲੋਡ ਬਹੁਤ ਜ਼ਿਆਦਾ ਹੈ ਲੇਕਿਨ ਅੱਜ ਦਾ ਜਿਹੜਾ ਮਨੁੱਖ ਹੈ ਜਿਆਦਾ ਮੁਸ਼ੱਕਤ ਵਾਲਾ ਹੈ ਨਹੀਂ ਮਸ਼ੀਨੀਕਰਨ ਹੋ ਗਿਆ ਬਹੁਤ ਜ਼ਿਆਦਾ ਹਰ ਚੀਜ਼ ਦਾ ਮਸ਼ੀਨੀਕਰਨ ਹੋ ਗਿਆ ਹੁਣ ਜਿਹੜਾ ਅੱਜ ਦਾ ਮਨੁੱਖ ਹੈ ਉਹਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਜੇ ਅਗਰ ਚੁੱਟੇਚੌਲ ਖਾਏਗਾ ਜੇ ਬਹੁਤ ਜ਼ਿਆਦਾ ਤੇ ਚਿੱਟੇ ਚੌਲਾਂ ਦੇ ਨਾਲ ਉਹ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਈਗੀ ਉਹਦੀ ਤੇ ਇਸ ਕਰਕੇ ਜਿਹੜਾ ਜਿਹੜਾ ਇਹਦੇ ਵਿੱਚ ਜਿਹੜੇ ਨਿਊਟਰਲ ਅਨਾਜ ਨੇ ਉਹ ਉਹ ਸਿਹਤਮੰਦ ਵਿਅਕਤੀ ਲਈ ਓਕੇ ਨੇ ਖਾ ਸਕਦਾ ਹੋ ਲੇਕਿਨ ਉਸ ਤੋਂ ਏੜੀ ਅਗਲੀ ਸਭ ਤੋਂ ਬੈਸਟ ਅਨਾਜ ਨੇ ਹਾਲੇ ਤੱਕ ਪੰਜ ਨੇ ਕੋਸ਼ਿਸ਼ ਹੋ ਰਹੀ ਹੈ ਕਿ ਇਹੋ ਜੇ ਇੱਕ ਦੋ ਅਨਾਜ ਹੋਰ ਅਗਰ ਅਗਰ ਸਾਡੇ ਸੱਭਿਆਚਾਰ 'ਚ ਹੈਗੇ ਕਿਤੇ ਕਿਤੇ ਸਾਡੇ ਗਵਾਦੀਵਾਸੀਆਂ 'ਚ ਹੋਰ ਕਿਤੇ ਪਏ ਤਾਂ ਉਹ ਵੀ ਲੱਭੇ ਜਾਣ ਕਿਉਂਕਿ ਹਰ ਅਨਾਜ ਦੇ ਅੜੜ ਗੁਣ ਨੇ ਜਿਹੜੇ ਪੰਜ ਅਨਾਜ ਡਾਕਟਰ ਖਾਦਰ ਵੀਰ ਨੇ ਕਹੇ ਆ ਉਹਦੇ ਕੁਦਰ ਹੈ ਸਾਡਾ ਉਹਦੇ ਨਾਲ ਸਹੀ ਪੰਜਾਬੀ ਵੀ ਬਹੁਤ ਭਾਵਕ ਤੌਰ ਤੇ ਜੁੜੇ ਹੋਏ ਆ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਾਖੀ ਜਿਹੜੀ ਹੈ ਉਹ ਬੜੀ ਪ੍ਰਚਲਿਤ ਸਾਖੀ ਹੈ ਕਿ ਉਹਨਾਂ ਨੇ ਭਾਈ ਲਾਲੋ ਤੋਂ ਕੁਦਰੇ ਦੀ ਰੋਟੀ ਮੰਗ ਕੇ ਖਾਧੀ ਮਲਖ ਭਾਗੋ ਦੇ ਪੂੜੀਆਂ ਤੇ ਪਕਵਾਨ ਛੱਡ ਕੇ ਤੇ ਕੁਦਰੇ ਦੀ ਰੋਟੀ ਖਾਧੀ ਉਹਨਾਂ ਨੇ ਕਿਉਂਕਿ ਕੁਦਰਾ ਉਸ ਵੇਲੇ ਦਾ ਮੂਲ ਅਨਾਜ ਸੀ ਜਿਹੜੇ ਮਿਹਨਤ ਕਸ਼ ਲੋਕ ਖਾਂਦੇ ਸੀਗੇ ਤੈਪ ਸਮਝਿਆ ਜਾਂਦਾ ਸੀਗਾ ਕੋਧਰਾ ਖਾਣ ਵਾਲੇ ਲੋਕ ਜਿਹੜੇ ਹੁੰਦੇ ਨੇ ਬਹੁਤ ਤਾਕਤਵਰ ਹੁੰਦੇ ਆ ਤੇ ਹਲਦੀ ਹੁੰਦੇ ਨੇ ਸਿਹਤਮੰਦ ਹੁੰਦੇ ਆ ਕੋਧਰਾ ਹੀ ਨਹੀਂ ਜਿਹੜੇ ਪੰਜ ਅਨਾਜ ਬਾਕੀ ਵੀ ਨੇ ਕੰਗਣੀ ਹਰੀ ਕੰਗਣੀ ਤੇ ਸਵਾੰਖ ਤੇ ਜਿਹੜੀ ਹੈ ਕੁਟਕੀ ਇਹ ਪੰਜ ਅਨਾਜ ਜਿਹੜੇ ਨੇ ਪੰਜੇ ਅਨਾਜ ਹੀ ਸਾਡੇ ਸੱਭਿਆਚਾਰ ਦਾ ਹਿੱਸਾ ਰਹੇ ਆ ਕਿਤੇ ਨਾ ਕਿਤੇ ਲੇਕਿਨ ਇਹਨਾਂ ਚੋਂ ਕੁਝ ਅਨਾਜ ਜਿਹੜੇ ਨੇ ਉਹ ਬਾਅਦ ਦੀ ਵੀ ਨੇ ਲੇਕਿਨ ਬਹੁਤ ਪ੍ਰਾਚਨ ਸਮੇਂ ਤੋਂ ਹੀ ਇੰਡੀਆ ਚ ਵੀ ਆ ਗਏ ਹੋਏ ਸੀ ਉਹ ਬਹੁਤ ਪ੍ਰਾਚਨ ਸਮੇਂ ਤੋਂ ਇੰਡੀਆ ਚ ਵੀ ਆ ਗਏ ਸੀ ਤੂੰ ਇੰਡੀਆ 'ਚ ਖੁਸ਼ਕਿਸਮਤੀ ਸਾਡੀ ਇਹ ਹੈ ਕਿ ਸਾਡੇ ਕੋਲ ਪੰਜੀ ਹੈਗੀਆਂ। ਤਾਂ ਉਹ ਜਿਹੜੇ ਪੰਜ ਅਨਾਜ ਨੇ ਉਹ ਕਿਤਨਾ ਕਿਤੇ ਬਹੁਤ ਸਿਹਤਮੰਦ ਨੇ ਔਰ ਉਹਨਾਂ 'ਚ ਦਵਾ ਗੁਣ ਅਲੱਗ-ਅਲੱਗ ਨੇ। ਉਹਨਾਂ ਦੇ ਦਵਾ ਗੁਣ ਅਲੱਗ-ਅਲੱਗ ਨੇ, ਉਹ ਦਵਾਈ ਵੀ ਨੇ, ਉਹ ਦਵਾ ਗੁਣ ਵੀ ਨੇ ਤੇ ਉਹਦੇ 'ਚ ਭੋਜਨ ਵੀ ਆ। ਤਾਂ ਭੋਜਨ ਇੰਨਾ ਸੰਤੁਲਿਤ ਹੈ ਔਰ ਖਾਸ ਕਰਕੇ ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੈ। ਉਹਦਾ ਫਾਈਬਰ ਕੰਟੈਂਟ 10 11 12% ਤੱਕ ਹੈ। ਜਦੋਂ ਕਿ ਕਣਕ ਜਿਹੜੀ ਆ ਉਹਦਾ ਫਾਈਬਰ ਕੰਟੈਂਟ 1.2% ਆ ਸਿਰਫ। ਔਰ ਚੌਲਾਂ ਦੇ ਵਿੱਚ ਜਿਹੜਾ ਸਿਰਫ 0.2% ਰਹਿ ਜਾਂਦਾ। ਤੋ ਇਹ ਕਿਤੇ ਨਾ ਕਿਤੇ ਆਪਾਂ ਜਿਹੜੀ ਫਾਈਬਰ ਹੈ ਅੱਜ 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 ਇਹ ਸਿੱਧ ਹੋ ਚੁੱਕਿਆ ਕਿ ਫਾਈਬਰ ਵਾਲਾ ਜਿਹੜਾ ਰਾਜ ਹੈ ਜਿਸ ਰਾਜ ਚ ਫਾਈਬਰ ਜ਼ਿਆਦਾ ਹੈ ਇਸ ਫੂਡ ਚ ਫਾਈਬਰ ਜ਼ਿਆਦਾ ਨਹੀਂ ਕਿਸੇ ਵੀ ਖਾਣੇ ਚ ਜਿਹੜੀ ਫਾਈਬਰ ਹੈ ਤਾਂ ਉਹ ਖਾਣਾ ਜ਼ਿਆਦਾ ਸਿਹਤਮੰਦ ਹੁੰਦਾ ਕਿਉਂਕਿ ਉਹਦੇ ਅੰਦਰ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੀ ਜਿਹੜੀ ਸਮਰੱਥਾ ਹੁੰਦੀ ਹੈ ਬਹੁਤ ਮਲਟੀਪਲ ਰੀਜ਼ਨ ਨੇ ਉਹਦੀ ਉਹਦੀ ਡਿਟੇਲ ਚ ਆਪਾਂ ਸ਼ਾਇਦ ਇਸ ਵੀਡੀਓ ਚ ਨਹੀਂ ਜਾ ਸਕਾਂਗੇ ਕਿ ਕਿਉਂ ਆਪਾਂ ਕਹਿੰਦੇ ਆ ਫਾਈਬਰ ਚਾਹੀਦੀ ਹੈ ਫਾਈਬਰ ਵਾਲਾ ਜਿਹੜਾ ਜਿਹੜਾ ਕਨਸੈਪਟ ਹੈ ਉਹ ਬਹੁਤ ਕਮਾਲ ਦਾ ਕਨਸੈਪਟ ਹੈ ਕਿ ਫਾਈਬਰ ਵਾਲਾ ਨਾਲ ਚਾਹੀਦਾ ਸਾਨੂੰ ਪਰ ਇਹ ਬਾਕੀ ਜਿਹੜੇ ਇਹ ਮਿਲਟਸ ਨੇ ਇਹਦੇ ਅੰਦਰ ਹੋਰ ਵੀ ਗੁਣ ਬਹੁਤ ਨੇ ਕਿ ਬਾਕੀ ਖੁਰਾਕੀ ਤੱਤ ਵੀ ਸੰਤੁਲਿਤ ਨੇ ਇਹਦੇ ਅੰਦਰ ਕੈਲਸ਼ੀਅਮ ਵੀ ਹੈ ਇਹਦੇ ਅੰਦਰ ਮੈਗਨੀਸ਼ੀਅਮ ਵੀ ਹੈ ਸੇਲੀਨੀਅਮ ਵੀ ਹੈ ਹਰ ਚੀਜ਼ ਜਿਹਦੇ ਅੰਦਰ ਸਤੁੱਲ ਸੰਤੁਲਿਤ ਹੈ ਮੈਂ ਦਰਸ਼ਕਾਂ ਨੂੰ ਬਤਾਣਾ ਚਾਹੁੰਗਾ ਡਾਕਟਰ ਅਮਰ ਸਿੰਘ ਆਜ਼ਾਦ ਜੋ ਐਮਬੀਬੀਐਸ ਐਮਡੀ ਹੈ ਮੈਂ ਆਚਾਰੀਆ ਮਨੀਸ਼ ਹਮਾਰੇ ਸਾਥ ਡਾਕਟਰ ਅਵਦੇਸ਼ ਫਾਂਡੇ ਉਹ ਵੀ ਐਮਬੀਬੀਐਸ ਐਮਡੀ ਹੈ डॉक्टर बिश्व रूप राय चौधरी डॉक्टर खादर वली और हमारे पास ढाई सौ डॉक्टर्स की टीम हमारी पूरी टीम ने मिलकर पूरे भारत से शुगर को बीपी को जो गोलियां खिलाकर कंट्रोल करने का जो साइंस चल रही है जिसको मेडिकल माफिया बोलते हैं जो ये बोलता है कि गोली खा के कंट्रोल होती है हम बिना दवाइयां शुगर को भी बीपी को भी रिवर्स करना सिखा रहे हैं तो आप हिम्स हॉस्पिटल चंडीगढ़ में संपर्क करो ये यहाँ पे ये। हिम्स हॉस्पिटल हॉस्पिटल एंड इंस्टीट्यूट ऑफ इंटीग्रेटेड मेडिकल साइंसिस जो कि डेरा बसी चंडीगढ़ में है तो जब आप यहाँ पे आ रहे हैं तो क्या आपकी एक्सपेक्टेशन होनी चाहिए वो एक्सपेक्टेशन हमारे थेरेपी से मैच हो रही कि नहीं ये आपके लिए जानना जरूरी है बिफोर यू स्टार्ट थिंकिंग अबाउट कमिंग हेर यहाँ आने से पहले कुछ बातें आपके दिमाग में क्लियर होनी चाहिए तो उनमें एक काम हमारा होता है कि ड्रग्स दवाइयाँ जो नसरी दवाइयाँ मिलती हैं दी, दी जाती हैं जो एक वजह होती है पेशेंट की किडनी के, के ख़राब होने का तो उन ड्रग्स को हम ड्रास्टिकली टेपर डाउन करते हैं ड्रास्टिक टेपर डाउन तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं अगर आप उसके लिए तैयार हैं तो यहाँ पे आइए इनका डायलिसिस पे है तो डायलिसिस नेचुरल डायलिसिस पे आ जाएगा आ, हम तो बड़े सिंपली पेशेंट को ये समझाते हैं कि दुनिया में कोई भी बीमारी जुबान पे लगाम नहीं है इसलिए आई है अगर ज़ुबान पे लगाम खाने के लिए है तो डॉक्टर से वास्ता नहीं पड़ेगा दूसरा जो हमारे कैंसर के पेशेंट्स हैं कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई और साइकोलॉजिकली बहुत लो हो जाते हैं तो छोटी छोटी चीज़ें भी उनके लिए बड़ा घातक हो जाता हैं हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है क्या कोई स्थिति ऐसी है जिससे हम इसको रिवर्स कर पाए और हम वही ये करते हैं ये जितने भी आप पेशेंट देख रहे हैं ये सभी कैंसर के पेशेंट हैं हॉस्पिटल में हम लोग आयुर्वेद की अम्ब्रीला के नीचे हम लोग काम करते हैं और यहाँ पे बिना बिना किसी दवाई के बिना किसी सर्जरी के दवाइयों के बीमारियों का इलाज करते हैं लीवर रोग किडनी रोग हार्ट सोराइसिस कैंसर ल्यूकोडर्मा बीपी, शुगर थायराइड, मोटापा घुटनों का दर या आप भी है इन जैसी किसी भी ला इलाज बीमारी से परेशान तो अब आपको चिंता करने की कोई आवश्यकता नहीं है क्योंकि हम लेकर आए हैं हिम्स के नाम से दिल्ली व चंडीगढ़ के अंदर दो बड़े हॉस्पिटल है जहाँ पर आपके खाने पीने रहने की सुविधा के साथ साथ एक ही छत के नीचे आयुर्वेद पंचकर्मा नेचुरोपैथी होम्योपैथी एलोपैथी आहारिय चिकित्सा के माध्यम से आपकी बीमारी का सही समय पर सही समाधान किया जाता है अगर आप भी चाहते हैं अपनी बीमारी का सही समाधान सही समय पर पाना तो आप हमारे हिम्स हॉस्पिटल में आकर भी अपनी बीमारी का इलाज करवा सकते हैं बड़े कॉन्फिडेंस वाला कह रहे हैं की जेडी कह रहे हैं यानी के फल सब्जियाँ ਕੁਝ ਕੁ ਡਰਾਈ ਫਰੂਟਸ ਜੇਕਰ ਹੋਂ ਤੇ ਨਾਲ ਅਗਰ ਇਹ ਮਿਲਟਸ ਖਾਂਦਾ ਹੋਏ ਬੰਦਾ ਤੋਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋ ਸਕਦੀ ਸਿਰਫ ਦੋ ਵਿਟਾਮਿਨ ਬਾਰੇ ਥੋੜਾ ਜਿਹਾ ਚਿਤਨ ਰਹਿਣਾ ਹੁੰਦਾ ਵਿਟਾਮਿਨ ਡੀ ਤੇ ਵਿਟਾਮਿਨ ਬੀ 12 ਆਪਾਂ ਅੱਗੇ ਵੀ ਗੱਲ ਕਰ ਚੁੱਕੇ ਆ ਬੀ 12 ਸਾਡੇ ਅੰਦਰ ਬਣਦਾ ਸਾਡੇ ਬੈਕਟੀਰੀਆ ਬਣਾਉਂਦੇ ਆ ਡੀ ਧੁੱਪ ਤੋਂ ਆਉਂਦਾ ਉਹ ਜਿਹੜਾ ਬੰਦਾ ਧੁੱਪ ਚ ਨਹੀਂ ਜਾਏਗਾ ਉਹਨੂੰ ਵਿਟਾਮਿਨ ਡੀ ਦੀ ਡੈਫੀਸ਼ੀ ਹੋ ਜਾਏਗੀ ਜਿਹੜੇ ਬੰਦੇ ਦਾ ਗਟ ਫਲੋਰਾ ਵੀਕ ਹੈ ਉਹਨੂੰ ਬੀ 12 ਦੀ ਡੈਫੀਸ਼ੀ ਹੋ ਜੂਗੀ ਜਿਹਨੂੰ ਕਨਸਟਿਪੇਸ਼ਨ ਹੈ ਕਬਜ਼ ਵਾਲੇ ਨੂੰ ਬੀ 12 ਦੀ ਡੈਫੀ ਉਹ ਕਬਸ ਦੇ ਅੰਦਰ ਕੀ ਹੁੰਦਾ ਹੈ ਕਿ ਉਹ ਅੰਤਰੀ ਅੰਦਰ ਇੱਕ ਸੀਮੈਂਟ ਟਾਈਪ ਲੇਅਰ ਬਣ ਜਾਂਦੀ ਹੈ ਜਿਹੜੀ ਕਿ ਉਹਨੂੰ B12 ਨੂੰ ਐਬਜ਼ਾਰਬ ਨਹੀਂ ਹੋਣ ਦਿੰਦੀ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਵਰਤਾਰਾ ਹੈਗਾ ਇਸ ਤੋਂ ਇਲਾਵਾ ਅਸੀਂ ਫੁੱਲ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਕਿਸੇ ਨੂੰ ਕੋਈ ਟੌਨਿਕ ਖਾਣ ਦੀ ਲੋੜ ਨਹੀਂ ਹੈ ਕੋਈ ਕੋਈ ਫੂਡ ਸਪਲੀਮੈਂਟ ਖਾਣ ਦੀ ਲੋੜ ਨਹੀਂ ਹੈ ਇਹ ਅਨਾਜ ਆਪਣੇ ਆਪ 'ਚ ਪੂਰਨ ਤੌਰ ਤੇ ਸੰਤੁਲਿਤ ਹੈ ਜਿਹੜਾ ਇੱਕ ਭੋਜਨ ਹੈ ਜਿਹਦੇ ਅੰਦਰ ਸਬਜ਼ੀਆਂ ਨੇ ਜਿਹਦੇ ਅੰਦਰ ਫਲ ਨੇ ਜਿਹਦੇ ਅੰਦਰ ਕੁਝ ਉਹ ਉਹ ਸਬਜ਼ੀਆਂ ਫਲਾਂ ਦੇ ਬਣੇ ਜੂਸਸ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਕੁਝ ਡਰਾਈ ਫਰੂਟਸ ਨੇ ਡਰਾਈ ਫਰੂਟਸ ਦਾ ਮਤਲਬ ਕੱਲਾ ਜਰੂਰੀ ਨਹੀਂ ਬਦਾਮ ਹੀ ਖਾਣੇ ਆਪਾਂ ਨੇ ਮੂੰਗਫਲੀ ਵੀ ਖਾ ਸਕਦੇ ਆਂ ਮੂੰਗਫਲੀ ਨੇ ਆਪਣੇ ਕੋਲ ਮੂੰਗਫਲੀ ਬਹੁਤ ਅੱਛਾ ਜਿਹੜਾ ਸਸਤਾ ਸਾਡੇ ਕੋਲ ਨਟ ਉਹ ਬਹੁਤ ਹੀ ਕਮਾਲ ਦਾ ਨਟ ਸ ਹੈ ਔਰ ਹਰ ਕਲਚਰ ਦੇ ਹਰ ਹਰ ਮਹਾਦੀਪ ਦੇ ਅੰਦਰ ਪਮਾਦੀਪ ਦੇ ਅੰਦਰ ਆਪੋ ਆਪਣੇ ਨਟਸ ਹੈਗੇ ਆਂ ਜਿਹੜੇ ਕਿ ਬੜੇ ਕਮਾਲ ਦੇ ਫੂਡਸ ਨੇ ਤਾਂ ਉਹ ਜਿਹੜਾ ਉਹਦੇ ਚ ਇਹ ਵਰਤਾਰਾ ਹੈ ਕਿ ਆਪਾਂ ਜਿਹੜਾ ਕਿਸੇ ਦੀ ਘਾਜ ਚੀਜ਼ ਦੀ ਘਾਟ ਨਹੀਂ ਹੁੰਦੀ ਤਾਂ ਹੁਣ ਆਪਾਂ ਆ ਜੀਏ ਕਿ ਜਿਹੜੇ ਮਿਲਟਸ ਨੇ ਇਹਨਾਂ ਨੂੰ ਆਪਾਂ ਨੇ ਖਾਣਾ ਕਿੱਦਾਂ ਕਿਉਂਕਿ ਮਿਲਟਸ ਖਾਣੇ ਬਾ ਜਰੂਰੀ ਨੇ ਖਾਣਾ ਕਿੱਦਾਂ ਹੈ ਬੀਜਣਾ ਕਿੱਦਾਂ ਹੈ ਉਗਾਉਣਾ ਕਿੱਦਾਂ ਹੈ ਫਿਰ ਉਹਨੂੰ ਪ੍ਰੋਸੈਸਿੰਗ ਕਿੱਦਾਂ ਕਰਨੀ ਹੈ ਸਟੋਰ ਕਿੱਦਾਂ ਕਰਨੇ ਹੈ ਸਾਰਾ ਕੁਝ ਬਹੁਤ ਪੂਰੀ ਸਾਇੰਸ ਹੈ ਜਿਹਨੂੰ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ ਡਾਕਟਰ ਜਿਹੜੇ ਉਮੰਦਰ ਜੀ ਨੇ ਉਮੰਦਰ ਦਾ ਸਾਡੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਖੇਤੀ ਵਿਰਾਸਤ ਮਿਸ਼ਨ ਦੇ ਉਹਨਾਂ ਦੀ ਲੀਡਰਸ਼ਿਪ 'ਚ ਸਾਰਾ ਪ੍ਰੋਜੈਕਟ ਚੱਲ ਰਿਹਾ ਕਿ ਕਿਸ ਢੰਗ ਦੇ ਨਾਲ ਅਸੀਂ ਇਹਨਾਂ ਪੰਜ ਜਿਹੜੇ ਮਿਲਟਸ ਨੇ ਜਾ ਇਹ ਦੋ ਤਿੰਨ ਅਸੀਂ ਹੋਰ ਮਿਲਟਸ ਵੀ ਪ੍ਰਮੋਟ ਕਰ ਰਹੇ ਹਾਂ ਜਿਵੇਂ ਰਾਗੀ ਪ੍ਰਮੋਟ ਕਰ ਰਹੇ ਹਾਂ ਜਵਾਰ ਪ੍ਰਮੋਟ ਕਰ ਰਹੇ ਹਾਂ ਬਾਜਰਾ ਵੀ ਕਰ ਰਹੇ ਹਾਂ ਬਾਕੀ ਵੀ ਪੰਜ ਜੋ ਕਟੂਗੜ ਅਸੀਂ 10 ਅਨਾਜ ਜਿਹੜੇ ਨੇ ਬਦਲਵੇਂ ਅਨਾਜ ਨੇ ਜਿਹੜੇ ਪੰਜ ਇਹ ਤੇ ਪੰਜ ਹੋਰ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖੇਤੀ ਦੇ ਵਿੱਚ ਵੀ ਉਹ ਅਲੱਗ-ਅਲੱਗ ਹੋਣ ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਖੇਤੀ ਤਬਾਹ ਹੋ ਚੁੱਕੀ ਹੈ ਜਾਂ ਜਾਂ ਹੋਰ ਹੋ ਰਹੀ ਹੈ ਅੱਗੇ ਉਹਨੂੰ ਬਚਾਉਣ ਵਾਸਤੇ ਵੀ ਇਹ ਅਨਾਜਾਂ ਨੂੰ ਲੈ ਕੇ ਆਉਣਾ ਚੌਲ ਕਰਨਕ ਦੀ ਸਾਤੇ ਬਹੁਤ ਜ਼ਰੂਰੀ ਹੈ ਸਾਡੇ ਪਾਣੀ ਨੂੰ ਬਚਾਉਣ ਲਈ ਸਾਡੀ ਜ਼ਮੀਨ ਨੂੰ ਬਚਾਉਣ ਲਈ ਸਾਡੀ ਖੇਤੀ ਨੂੰ ਬਚਾਉਣ ਲਈ ਸਾਨੂੰ ਜ਼ਹਿਰਾਂ ਜ਼ ਉਹ ਕਿ ਦਿੱਲੀ ਜ਼ਰਾਂ ਦੀ ਵੀ ਲੋੜ ਨਹੀਂ ਇਹਨਾਂ ਰਾਜਾਂ ਤੇ ਜ਼ਰਾਂ ਦੀ ਲੋੜ ਨਹੀਂ ਪੈਂਦੀ ਤੇ ਉਹ ਸਾਰੇ ਤੋਂ ਲੈ ਕੇ ਖਾਨ ਤੱਕ ਸੇਤ ਤੱਕ ਸੋ ਉਹ 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 ਖੇਤੀਬਾੜੀ ਸਦ ਮਿਸ਼ਨ ਦੇ ਪਲੇਟਫਾਰਮ ਤੋਂ ਅਸੀਂ ਕਰ ਰਹੇ ਹਾਂ ਇਹਨੂੰ ਪੌਪੂਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਦੇ ਅੰਦਰ ਅਸੀਂ ਜਿਹੜੇ ਨੇ ਇਸ ਵੇਲੇ ਤਿੰਨ ਯੂਨਿਟ ਇਹਨਾਂ ਰਾਜਾਂ ਨੂੰ ਪ੍ਰੋਸੈਸ ਕਰ ਲਈ ਜਿਹੜੇ ਸ਼ੈਲਰ ਨੇ ਉਹ ਵੀ ਲਾਤੇ ਹੋਏ ਆ ਪਾਨੀਗੜ ਲੱਗ ਗਿਆ ਜੱਤੋ ਲੱਗ ਗਿਆ ਤੇ ਇੱਕ ਬਟਾਲੇ ਲੱਗ ਗਿਆ ਤਿੰਨ ਥਾਵਾਂ ਤੇ ਸ਼ੈਲਰ ਵੀ ਲੱਗ ਚੁੱਕੇ ਆ ਉਹ ਸ਼ੈਲਿੰਗ ਦੀ ਜਿਹੜੀ ਪ੍ਰੋਬਲਮ ਸੀ ਉਹ ਵੀ ਹੱਲ ਜਿਹੜੀ ਆ ਉਹ ਹੋਣ ਜਾ ਰਹੀ ਐ ਐਸਐਸਜੀ ਤੇ ਅਸੀਂ ਇੰਨੇ ਕੋ ਪਿਛਲੇ 3-4 ਸਾਲ 5 ਸਾਲ ਮਿਹਨਤ ਕਰਕੇ ਅਸੀਂ ਇੰਨੇ ਕੋ ਕਾਬਲ ਹੋ ਗਏ ਆ ਕਿ ਸਾਡੇ ਕੋਲ ਆਪਣੇ ਬੀਜ ਹੈਗੇ ਹੁਣ ਪੰਜਾਬ ਚ ਉਗਾਏ ਹੋਏ ਇਹਨਾਂ ਪੰਜਾਂ ਦੇ ਜਾਂ ਹੋਰ ਜਿਹੜੇ ਜੇ ਬਾਕੀ ਮਿਲਟਸ ਨੇ ਚਾਰ-ਪੰਜ ਹੋਰ ਨੇ ਜਿਹੜੇ ਇਸ ਤੋਂ ਇਲਾਵਾ ਜਿਹੜੇ ਨਿਊਟਰਲ ਕੈਟਾਗਰੀ ਚਾਹੁੰਦੇ ਆ ਨਿਊਟਰਲ ਮਿਲਟ ਜਿ ਨਿਊਟਰਲ ਨਾਜਾਂ ਦੀ ਕੈਟਾਗਰੀ ਚਾਹੁੰਦੇ ਆ ਉਹਨਾਂ ਦੇ ਬੀਜ ਵੀ ਸਾਡੇ ਕੋਲ ਹੈਗੇ ਆ ਅਸਾਂ ਪੰਜਾਬ ਦੇ ਵਿੱਚ ਇਹਦੀ ਕਲਟੀਵੇਸ਼ਨ ਹੋ ਜਾਂਦੀ ਐ ਜੀ ਜਦਾਂ ਕਿਉਂਕਿ ਸਾਊਥ ਦੀ ਖੇਤੀ ਐ ਇਹ ਕਮਾਲ ਦੀ ਕਮਾਲ ਦੇ ਨਾਜ ਨੇ ਇਹਨਾਂ ਦੀ ਖੇਤੀ ਲਗਭਗ ਲਗਭਗ ਸਭ ਥਾਵਾਂ ਤੇ ਹੋ ਜਾਂਦੀ ਹੈ। ਬਸ ਇਹਨਾਂ ਦੀ ਇੱਕੋ ਹੀ ਔਗਣ ਹੈ ਕਿ ਪਾਣੀ ਇਹਨਾਂ ਦੀ ਜੜ੍ਹ ਚ ਨਹੀਂ ਖੜਨਾ ਚਾਹੀਦਾ। ਇਹ ਪਾਣੀ ਨੂੰ ਬਹੁਤ ਸੈਂਸਿਟਿਵ ਨੇ ਜੇ ਤੁਸੀਂ ਪਾਣੀ ਖੜਾ ਰੱਖੋਗੇ ਤਾਂ ਇਹ ਇਸ ਮਰ ਜਾਣਗੇ ਬਾਦੇ। ਪਾਣੀ ਘੱਟ ਮੰਗਦੇ ਦਾ ਮਤਲਬ ਜ਼ਿਆਦਾ ਬਹੁਤ ਜ਼ਿਆਦਾ ਘੱਟ ਜਮੀਨ ਦੇ ਸਮਾਨ ਦਾ ਫਰਕ ਹੈ। ਜਮੀਨ ਦੇ ਸਮਾਨ ਦਾ ਫਰਕ ਹੈ। ਬਹੁਤ ਕਦਾ ਕਦਾ ਪਾਣੀ ਆ ਕਦੀ ਬਾਰਿਸ਼ ਵੀ ਹੋ ਗਈ ਉਹਦੇ ਨਾਲ ਹੋ ਜਾਂਦੇ ਆ ਬ੍ਰਾਂਡ। ਇਹਦਾ ਮਤਲਬ ਤੇ ਇਹ ਹੋ ਗਿਆ ਕਿ ਇਹ ਤਾਂ ਪਾਣੀ ਦੀ ਸਮੱਸਿਆ ਵੀ ਹੱਲ ਕਰ ਦੇਣਗੇ ਜੇ ਪੰਜਾਬ ਬਹੁਤ ਜ਼ਿਆਦਾ ਪੰਜਾਬ ਦੀ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਤਰੀਕਾ ਇੱਕੋ ਕਦੇ ਜੀਰੀ ਨੂੰ ਛੱਡ ਕੇ ਇਧਰ ਮਿਲਰ ਸੀ ਖੇਤੀ ਵਾਲ ਜਾਂਦੇ ਜਿਹੜੇ ਬਦਲਵੇਂ ਅਨਾਜ ਨੇ ਉਹਨਾਂ ਦੀ ਖੇਤੀ ਵਾਲਾ ਜੀ ਜਦਾਲਾਂ ਦੀ ਖੇਤੀ ਵਾਲਾ ਜੀ ਜਾਂ ਸੀਡ ਜਿਹੜੇ ਸਾਡੇ ਆਇਲ ਸੀਡਸ ਆਇਲ ਸੀਡਸ ਨੇ ਉਹਨਾਂ ਵਾਲਾ ਜੀ ਹੈ। ਉਹ ਬਾਕੀ ਸਬਜ਼ੀ ਫਲ ਨੇ। ਕਿਉਂਕਿ ਜੀਰੀ ਤੇ ਕਣਕ ਜਿਹੜੇ ਨੇ ਦੋਨੋਂ ਪਾਣੀ ਦੇ ਬੈਰੀ ਨੇ। ਅ ਔਰ ਉਹ ਤਿੰਨ ਨੰਬਰ ਤੇ ਅੱਗੇ ਗੰਨਾ ਬੈਰੀ ਹੈ। ਤਿੰਨ ਚੀਜ਼ਾਂ ਨੇ ਪਾਣੀ ਦੇ ਬਹੁਤ ਵੱਡੀਆਂ ਬੈਰੀ ਨੇ। ਤੋਂ ਮੈਂ ਸਮਝਦਾ ਕਿ ਜੇ ਜੀਰੀ ਨੂੰ ਖਾਸ ਕਰਕੇ ਜੀਰੀ ਅਗਰ ਪੰਜਾਬ ਛੱਡ ਜਵੇ ਤਾਂ ਪੰਜਾਬ ਬਚੇਗਾ। ਜੀਰੀ ਨੇ ਬਹੁਤ ਤਬਾਹ ਕੀਤਾ ਪੰਜਾਬ ਨੂੰ। ਯੋਨੀਸਾ ਨੂੰ ਗ੍ਰੀਨ ਰੈਵਲੂਸ਼ਨ ਦੇ ਨਾਂ ਤੇ ਇਹਨਾਂ ਨੇ ਜੀਰੀ ਦਾ ਜੀਰੀ ਦਾ ਜੋ ਚੌੜਾ ਬੀਜਣ ਦਾ ਪਾਤਾ ਰਸਤੇ ਤੋਂ ਤੋ ਤਬਾਹੀ ਦਾ ਕਾਰਨ ਉਹ ਬਣ ਰਹੀ ਹੈ ਤੇ ਹੁਣ ਨੈਟ ਰਿਜ਼ਲਟ ਇਹ ਹੋ ਰਿਹਾ ਕਿ ਸਾਡੀ ਨਾ ਕੋਈ ਜੀਰੀ ਲੈਣ ਨੂੰ ਤਿਆਰ ਹੈ ਨਾ ਕੋਈ ਕਣਕ ਲੈਣ ਨੂੰ ਤਿਆਰ ਹੈ ਜਿਹੜਾ ਆ ਜਿਹੜਾ ਕਿਸਾਨਾਂ ਦਾ ਸੰਕਟ ਆਇਆ ਉਹਦੇ ਪਿੱਛੇ ਗੱਲ ਹੀ ਹੈ ਇਹ ਪਿਛਲੇ ਕਈ ਸਾਲਾਂ ਤੋਂ ਕਹੀ ਜਾ ਰਹੀ ਹੈ ਕਿ ਤੁਹਾਡੇ ਤੁਹਾਡੇ ਜੀਰੀ ਚੌਲ ਸਾਨੂੰ ਨਹੀਂ ਚਾਹੀਦੇ ਲਗਾਤਾਰ ਹੋ ਰਹੀ ਹੈ ਸਾਰੀ ਰਿਕਾਰਡਿੰਗ ਰਿਕਾਰਡਿੰਗ ਮੈਂ ਦੇਖ ਲਈਆਂ ਸਾਰਾ ਪਿਛਲਾ ਵੀ ਦੇਖ ਰਿਹਾ ਕਿ ਪਿਛਲੇ 5-6 ਸਾਲ ਤੋਂ ਇਹ ਲਗਾਤਾਰ ਕਹਿ ਰਹੇ ਸੀ ਕਿ ਉਪਰੋਂ ਪੰਜਾਬ ਵਾਲਿਆਂ ਨੂੰ ਵੀ ਤੁਹਾਡੀ ਤੁਹਾਡੀ ਜੀਰੀ ਚੌਲ ਸਾਨੂੰ ਨਹੀਂ ਚਾਹੀਦੀ ਜੀਰੀ ਕਣਕ ਨਹੀਂ ਚਾਹੀਦੇ ਤੁਸੀਂ ਬੰਦ ਕਰੋ ਇਹਨੂੰ ਤੇ ਅਸੀਂ ਨਹੀਂ ਅਸੀਂ ਖਰੀਦਨੀ ਦਾ ਖਰੀਦ ਬੰਦ ਕਰ ਦਣੀ ਇਹਦੀ ਪਰਚੇਜ਼ਿੰਗ ਕਿਉਂਕਿ ਬਾਕੀ ਸਟੇਟਾਂ ਜਿਹੜੀਆਂ ਨੇ ਬਣਾਉਣ ਲੱਗੀਆਂ ਨੇ ਜੀਰੀ ਚੌਲ ਜਿਹੜੇ ਜੀਰੀ ਤੇ ਕਣਕ ਔਰ ਉਹਨਾਂ ਦੀ ਜਿਹੜੀ ਚੌਲ ਤੇ ਕਣਕ ਹੈ ਉਹ ਸਾਡੇ ਨਾਲ ਬਦੇ ਪੈਸਟੀਸਾਈਡ ਲੈਵਲ ਤੇ ਕੈਮੀਕਲ ਬਹੁਤ ਘੱਟ ਹੈ ਕਿਉਂਕਿ ਉਥੇ ਕੈਮੀਕਲ ਬਹੁਤ ਜ਼ਿਆਦਾ ਵਰਤਿਆ ਗਿਆ ਇਹਨਾਂ ਨੇ ਨਰਮੇ ਤੇ ਵੀ ਬਹੁਤ ਕੈਮੀਕਲ ਯੂਜ਼ ਕਰਵਾਇਆ ਚੌਲਾਂ ਤੇ ਵੀ ਕਰਵਾਇਆ ਕਣਕ ਤੇ ਵੀ ਕਰਵਾਇਆ ਉਹ ਆਲਟੀਮੇਟਲੀ ਸਾਡੀ ਧਰਤੀ ਚਾਰਾਂ ਨਾਲ ਪਰ ਗਈ ਹੋਈ ਹੈ ਉਜਲੋਂ ਵੀ ਜਾ ਕੇ ਟੈਸਟਿੰਗ ਹੁੰਦੀ ਹੈ ਉਹ ਤੋ ਜਿਹੜੇ ਜ਼ਹਿਰੀ ਯਾਰ ਨਿਕਲਦੇ ਆ ਤੇ ਉਹ ਮੁੜਿਆਉਂਦਾ ਕਿ ਗੱਦੀਆਂ ਰਾਹ ਚੋਂ ਮੁੜਿਆ ਪੰਪ ਗਿਆ ਗਿਆ ਮੁੜਿਆ ਗੱਦੀ ਰਾਖ ਚੋਂ ਮੁੜਿਆ ਕਿਧਰ ਕਿਧਰ ਉਹ ਸਾੜੇ ਜਾਂਦੀ ਹੈ ਇੱਥੇ ਖਰੀਦ ਕੇ ਲੈ ਜਾਂਦੇ ਨੇ ਕਿਸੇ ਉੱਥੋਂ ਉਹ ਟੈਸਟ ਕਰਦੇ ਆ ਤਾਂ ਟੈਸਟ ਕਰਕੇ ਵਾਪਸ મોੜ ਦਿੰਦੇ ਆ ਤੋ ਇਹ ਕਿਧਰ ਕਿਤੇ ਵਰਤਾਰਾ ਜਿਹੜਾ ਸੰਕਟ ਖੇਤੀਬਾੜ ਰਿਹਾ ਉਹਦਾ ਹੱਲ ਵੀ ਜਿਹੜੇ ਇਹ ਮਿਲਟਸ ਹੈਗੇ ਨੇ ਹੁਣ ਆਪਾਂ ਜਿਹੜੀ ਅੱਗੇ ਗੱਲ ਕਰੀਏ ਗੱਲ ਗੱਲ ਲੰਬੀ ਨਾ ਹੋਵੇ ਆ ਵੀ ਆਪਾਂ ਇਹਨਾਂ ਮਿਲਟਸ ਨੂੰ ਖਾਣਾ ਕਿੱਦਾਂ ਇਹਨਾਂ ਨੂੰ ਖਾਣ ਦੇ ਇਹ ਕਮਾ ਐਸੇ 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 ਅਨਾਜ ਨੇ ਇਹ ਤਾਂ ਤੁਸੀਂ ਮਲਟੀਪਲ ਕਿਸਮ ਦੀਆਂ ਰੈਸਪੀਜ਼ ਮਲਟੀਪਲ ਚੀਜ਼ਾਂ ਚੀਜ਼ਾਂ ਬਣਾ ਸਕਦੇ ਆ ਸਭ ਤੋਂ ਸੌਖਾ ਘਟਾਂਗੇ ਨੂੰ ਚੌਲਾਂ ਵਾਂਗੂ ਖਾਣਾ ਜਿੱਦਾਂ ਵੀ ਚੌਲ ਖਾ ਸਕਦੇ ਹੋ ਚੌਲ ਸਮਝ ਕੇ ਖਾਓ ਵੀ ਚੌਲ ਨੇ ਇਹ ਚੌਲਾਂ ਦਾ ਆਪਣਾ ਸਾਰਿਆਂ ਨੂੰ ਪਤਾ ਹੈ ਬਸ ਚੌਲ ਪਲੇਨ ਬਣਾ ਕੇ ਦਾਲ ਸਬਜ਼ੀ ਨਾਲ ਖਾ ਸਕਦੇ ਆ ਪਲੇਨ ਬਣਾਓ ਫਿਰ ਉਸ ਤੋਂ ਬਾਅਦ ਖਿਚੜੀ ਬਣਾ ਲਓ ਦਾਲਾਂ ਦਾਲ ਪਾ ਲਓ ਸਬਜ਼ੀ ਪਾ ਲਓ ਪਲਾਉ ਬਣਾ ਲਓ ਇਹਦੇ ਚ ਦਾਲਾਂ ਵੀ ਦਾਲ ਵੀ ਪਾ ਦਿਓ ਸਬਜ਼ੀ ਵੀ ਪਾ ਦਿਓ ਤਾਂ ਵੀ ਸਵਾਦ ਬਣ ਜਾਂਦੇ ਆ ਵਿੱਚ ਤੁਸੀਂ ਕੋਈ ਦਾਲ ਪਾ ਦਿਓ ਵਿੱਚ ਸਬਜ਼ੀਆਂ ਵੀ ਪਾ ਦਿਓ ਮਤਲਬ ਕੰਪਲੀਟ ਫੂਡ ਬਣ ਗਿਆ ਤੁਹਾਡਾ ਸਿਰਫ ਤੁਸੀਂ ਰੱਖਣਾ ਕੀ ਹੈ ਪਾਣੀ ਦੇ ਵਿੱਚ ਮਿਲਟਸ ਨੂੰ ਪਾਉਣਾ ਹੈ ਵਿੱਚ ਦਾਲ ਪਾ ਦੇਣੀ ਵਿੱਚ ਸਬਜ਼ੀ ਪਾ ਦੇਣੀ ਹੈ ਉਪਰੋਂ ਜੋ ਜੋ ਧੜਖੇ ਧੁੜਕੇ ਵਾਲੇ ਮਸਾਲੇ ਵਿੱਚ ਜਿਸ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲਓ ਤੇ ਤੁਹਾਡਾ ਖਾਣਾ ਤਿਆਰ ਹੋ ਗਿਆ ਔਰ ਇੱਕ ਵਾਰੀ ਬਣਾਓ ਤੇ ਭਾਵੇਂ ਤਿੰਨੇ ਡੰਗ ਖਾਈ ਜਾਓ ਮਤਲਬ ਕੋਈ ਰਸੋਈ ਦਾ ਕੰਮ ਵੀ ਇੱਡਾ ਜ਼ਿਆਦਾ ਨਹੀਂ ਰਹਿੰਦਾ ਤੇ ਉਹ ਸੁਆਦੀਸ਼ਟ ਨੇ ਬਣ ਬਣਦੇ ਆ ਸਬਜ਼ੀਆਂ ਅਲੱਗ-ਅਲੱਗ ਬਣਾ ਲਓ ਪਲੇਨ ਪਲੇਨ ਰਾਈਸ ਬਣਾ ਲਓ ਪਲੇਨ ਰਾਈਸ ਵੀ ਬਹੁਤ ਸੁਣੇ ਬਣ ਜਾਂਦੇ ਆ ਰੋਟੀ ਬਣਦੀ ਹੈ ਰੋਟੀ ਬਹੁਤ ਵਧੀਆ ਬਣਦੀ ਹੈ ਰੋਟੀ ਇਵਨ ਜੇ ਆਟਾ ਨਾ ਵੀ ਤੁਹਾਡੇ ਕੋਲ ਹੋਵੇ ਤਾਂ ਵੀ ਇਹਦੀ ਰੋਟੀ ਬਣ ਜਾਂਦੀ ਹੈ ਤੁਸੀਂ ਇਹਨੂੰ ਭਿਉਂ ਕੇ ਇਹ ਬਾਕੀ ਕਣਕ ਦੇ ਮੁਕਾਬਲੇ ਚ ਚੌਲਾਂ ਦੇ ਮੁਕਾਬਲੇ ਇਹਨੂੰ ਪਿਉਣਾ ਪੈਂਦਾ ਇਹ ਉਹਦਾ ਜਿਹੜਾ ਜਿਹੜਾ ਛਿਲਕਾ ਹੁੰਦਾ ਅੰਦਰਲਾ ਉਹ ਸਖਤ ਹੁੰਦਾ ਜੇ ਤੁਸੀਂ ਇਹਨੂੰ 5 6 ਘੰਟੇ ਤੋਂ ਲੈ ਕੇ 7 8 ਘੰਟੇ ਤੱਕ ਨਹੀਂ ਪਿਓਗੇ ਤਾਂ ਫਿਰ ਹਜਮ ਹੋ ਕਰਨੇ ਔਖੇ ਹੋ ਜਾਂਦੇ ਆ ਤਾਂ ਉਹ ਪਿਜਣਾ ਇਹਨਾਂ ਦਾ ਬਹੁਤ ਜ਼ਰੂਰੀ ਹੁੰਦਾ ਤਾਂ ਪਿਓ ਬਸ ਇੱਕੋ ਹੀ ਫਰਕ ਹੈ ਬਾਕੀ ਉਦਾਂ ਹੀ ਬਣਦੇ ਚੌਲਾ ਮੰਗੂਏ ਤੇ ਉਹਦੇ ਚ ਅਸੀਂ ਪਿਉ ਲੈਨੇ ਆ ਤੇ ਪਿਓ ਕੇ ਆਪਾਂ ਜਿਹੜੀ ਉਹਦੀ ਉਹਨੂੰ ਬਣਾ ਲੈਨੇ ਆ ਸੋ ਖਿਚੜੀ ਖਿਚੜੀ ਪਲਾਉ ਦਲੀਆ ਟਾਈਪ ਕੋਈ ਅਨੇਕਾਂ ਕਿ ਟੰਗ ਨੇ ਇਹਨੂੰ ਖਾਣ ਦੇ ਇਹਨਾਂ ਨੂੰ ਸਭ ਤੋਂ ਖਾਣ ਦਾ ਉਤਮ ਢੰਗ ਜਿਹੜਾ ਹੈਗਾ ਉਹ ਹੈਗਾ ਖਮੀਰ ਡਾਕਟਰ ਖਾਦਰਵਲੀ ਨੂੰ ਅੰਬਲੀ ਕਹਿੰਦੇ ਆ ਸੌ ਸਾਊਥੀ ਨੂੰ ਅੰਬਲੀ ਕਿਹਾ ਜਾਂਦਾ ਅੰਬਲੀ ਲੇਕਿਨ ਸਾਨੂੰ ਅੰਬਲੀ ਜਿਹੜਾ ਉਹ ਕੋਈ मीनिंगलेस ਲੱਗਿਆ ਸੀ ਨੂੰ ਖਮੀਰ ਖਾੜੇ ਛੜੇ ਕਲਚਰ ਚ ਜਿਹੜਾ ਮਸ਼ਹੂਰ ਲਫ਼ਜ਼ ਹੈ ਪੰਜਾਬੀ ਚ ਉਹ ਹੈਗਾ ਖਮੀਰ ਕਿ ਖਮੀਰ ਕਰਕੇ ਖਾਣਾ ਖਮੀਰ ਕਰਕੇ ਖਾਣਾ ਦਾ ਮਤਲਬ ਨਹੀਂ ਕਿ ਜੇ ਖਮੀਰ ਪਾਉਣਾ ਹੈ ਖਮੀਰ ਨਹੀਂ ਪਾਉਣ ਦੀ ਲੋੜ ਨਹੀਂ ਖਮੀਰ ਇਹ ਆਪਣਾ ਹਵਾ ਚੋਂ ਲੈ ਲੈਂਦਾ ਜਦ ਬਸ ਨੂੰ ਇਹਨੂੰ ਬਣਾ ਕੇ 10 ਗੁਣਾ ਪਾਣੀ ਚ ਬਣਾ ਕੇ ਅਸੀਂ ਉਹਦੇ ਰੱਖ ਦਿੰਨੇ ਆ ਜਿਹੜੀ ਹੈ ਮਿੱਟੀ ਦੀ ਮਟਕੀ ਚ ਪਾ ਕੇ ਉੱਪਰੋਂ ਉੱਪਰੋਂ ਹਵਾ ਨਾਲ ਦਾ ਕਨੈਕਸ਼ਨ ਨਹੀਂ ਤੋੜਨਾ ਇਸ ਕਰਕੇ ਪਤਲਾ ਮलमल ਦਾ ਕਪੜਾ ਬੰਨੋ ਉਹਦੇ ਮੂੰਹ ਦੇ ਉੱਪਰ ਮਟਕੀ ਦੇ ਉੱਪਰ ਤੇ ਉਹਨੂੰ ਰੱਖ ਦਿਓ ਤੇ 8 ਤੋਂ ਲੈ ਕੇ 10 ਘੰਟੇ ਦੇ ਵਿੱਚ ਵਿੱਚ ਉਹ ਆਪਣਾ ਹਵਾ ਤੋਂ ਬੀਜ ਲੈ ਲੈਂਦਾ ਤੇ ਉਹਦੀ ਰੀਫਰਮੈਂਟੇਸ਼ਨ ਹੋ ਜਾਂਦੀ ਹੈ ਉਹ ਫਰਮੈਂਟੇਸ਼ਨ ਜਦੋਂ ਹੋ ਜਾਂਦੀ ਹੈ ਤਾਂ ਦਹੀਂ ਵਾਂਗੂ ਜੰਮ ਜਾਂਦਾ ਹੈ ਜਿਵੇਂ ਦਹੀਂ ਦੇ ਚਖਲੇ ਜੰਮੇ ਹੁੰਦਾ ਐਦਾਂ ਜੰਮ ਜਾਂਦਾ ਹੈ ਫਿਰ ਉਹ ਨੂੰ ਠੰਡਾ ਖਾਣਾ ਹੁੰਦਾ ਉਹਦਾ ਗਰਮ ਨਹੀਂ ਦੁਆਰਾ ਕਰਨਾ ਹੁੰਦਾ ਉਹਨੂੰ ਸਰਦੀਆਂ ਚ ਕੋਸਾ ਕਰ ਸਕਦੇ ਆ ਪਾਣੀ ਚ ਰੱਖ ਕੇ ਲੇਕਿਨ ਉਹਨੂੰ ਉਹਨੂੰ ਅੱਗ ਦੇ ਉੱਪਰ ਦੁਬਾਰਾ ਨਹੀਂ ਚੜਾਉਣਾ ਹੁੰਦਾ ਜਿਦਾ ਨਹੀਂ ਦਾ ਨਹੀਂ ਵਾਲਾ ਸਾਫ ਨਾਲ ਜਿਦਾ ਬਦਹੀਂ ਨੂੰ ਗਰਮ ਨਹੀਂ ਕਰਦੇ ਇਦਾਂ ਇਹਨੂੰ ਨਹੀਂ ਗਰਮ ਨਹੀਂ ਕਰਨਾ ਗਰਮ ਸਬਜ਼ੀ ਦਾ ਪਾ ਸਕਦੇ ਵਿੱਚ ਗਰਮ ਸਬਜ਼ੀ ਵੀ ਉਹ ਵੀ ਨਾਲ-ਨਾਲ ਪਾਉਣੀ ਹੈ ਮਤਲਬ ਕੱਠੀ ਮਿਕ ਕਾਲੇਜ ਮਿਕਸ ਨਹੀਂ ਕਰਨੀ ਜਦੋਂ ਖਾ ਰਹੇ ਹੋ ਤਾਂ ਮੰਨ ਲਓ ਤੁਸੀਂ 2-4 ਚਮਚੇ ਉਹਦੇ ਮਿਲਟਸ ਦੇ ਪਾਏ ਤਾਂ 2-4 ਚਮਚੇ ਨਾਲ ਸਬਜ਼ੀ ਦੇ ਪਾ ਲੈ ਤਾਂ ਕਿ ਉਹਦੇ ਬੈਕਟੀਰੀਆ ਨੇ ਮਕਸਦ ਕੀ ਹੈ ਇਹਦੇ ਅੰਦਰ ਗੁੱਡ ਬੈਕਟੀਰੀਆ ਨੇ ਪ੍ਰ ਯੂ ਪ੍ਰੋਬਾਇਓਟਿਕ ਕਹਿੰਨੇ ਆ ਪ੍ਰੋਬਾਇਓਟਿਕ ਹੈ ਗੁੱਡ ਬੈਕਟੀਰੀਆ ਨਹੀਂ ਤਾਂ ਗੁੱਡ ਬੈਕਟੀਰੀਆ ਜਿਹੜੇ ਨੇ ਅਦਰਵਾਈਜ਼ ਮਰ ਜਾਂਦੇ ਆ ਜੇ ਸਾਧਾਰਨ ਗਰਮ ਗਰਮ ਸਬਜੀ ਤੁਸੀਂ ਸਾਰੀ ਚਪਾਤੀ ਤਾਂ ਬੈਕਟੀਰੀਆ ਤਾਂ ਮਰ ਗਏ ਫਿਰ ਉਹ ਅੰਬਲੀ ਖਾਣ ਦਾ ਜਿਹੜਾ ਲੋਜਿਕ ਸੀ ਤੇ ਦਲੀਲ ਸੀ ਉਹ ਖਤਮ ਹੋ ਗਈ ਤੇ ਇਸ ਕਰਕੇ ਇੱਕ ਤਾਂ ਜਿਹੜੀ ਸਬਜੀ ਉਹ ਵੀ ਪਾਣੀ ਇਹਦੇ ਅੰਦਰ ਬਹੁਤ ਉਬਲਦੀ ਉਬਲਦੀ ਰਣੀ ਹੋਣੀ ਚਾਹੀਦੀ ਮੀਡੀਅਮ ਜੀ ਗਰਮ ਹੋਵੇ ਤੇ ਉਹ ਵੀ ਨਾਲ-ਨਾਲ ਪਾ ਕੇ ਖਾਓ ਜਿਹਦਾ ਨਾਲ-ਨਾਲ ਮਿਕਸ ਕਰਦੇ ਆਪਾਂ ਖਾਣ ਲੱਗੇ ਉਹ ਜ਼ਿਆਦਾ ਬੈਟਰ ਹੈ ਤੋ ਓੜਾ ਖਮੀਰ ਹੈ ਇਹ ਵੰਡਰਫੁਲ ਫੂਡ ਹੈ ਜੇ ਤੁਸੀਂ ਖਮੀਰ ਖਾਣਾ ਖਾਣ ਲੱਗਦੇ ਹੋ ਤੇ ਫਿਰ ਜਿਹੜੀ ਬੰਦੇ ਦੀ ਰਿਕਵਰੀ ਹੈ क्रॉनਿਕ ਡਿਜ਼ੀਜ਼ ਥੋੜੀ ਜਿਹੜੀ ਜਿਹੜੀ ਨੂੰ ਕਹਿੰਦੇ ਆ ਰਿਵਰਸਲ ਹੈ ਲਫ਼ਜ਼ ਜਿਹੜਾ ਰਿਵਰਸਲ ਹੈ ਕਿ ਤੁਸੀਂ ਪੁਰਾਣੀਆਂ ਬਿਮਾਰੀਆਂ ਦੇ ਨੂੰ ਠੀਕ ਕਰਨ ਚ ਐਡੀ ਵਧੀਆ ਹੈ ਇਹ ਇਹਨਾਂ ਦਾ ਰੋਲ ਹੈ ਮਿਲਟਸ ਦਾ ਕਿ ਮਤਲਬ ਜਾਦੂਈ ਨੇ ਜਿਹਨੂੰ ਕਹਿੰਦੇ ਆ ਸਾਨੂੰ ਸਾਨੂੰ ਤਾਂ ਲੱਗਦਾ ਵੀ ਸਾਨੂੰ ਸੋਨੇ ਦੀ ਕੁੰਜੀ ਮਿਲ ਗਈ ਇੱਕ ਖਜ਼ਾਨੇ ਦੀ ਕੁੰਜੀ ਮਿਲ ਗਈ ਸਿਹਤ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ ਕਿ ਜੇ ਸਾਨੂੰ ਮਿਲਟ ਸਾਡੇ ਕੋਲ ਹੈਗੇ ਨੇ ਤਾਂ ਮੈਨੂੰ ਅਗਰ ਸਿਪਰ ਕੋਨਫਰਮੈਂਸ ਕਰਨੇ ਅਭੀ ਤਰੋਂ ਪਾਈ ਤੇਰੀ ਬਿਮਾਰੀ ਖੜਦੀ ਨਹੀਂ ਜਾਏਗੀ ਹੁਣੇ ਤਾਂ ਇਹ ਜਿਹੜੇ ਜਿਹੜੇ ਅਨਾਜ ਨੇ ਇਹਦੇ ਚ ਜਿਹੜੀ ਅੰਬਲੀ ਖਾਣਾ ਆਦੀ ਬਣਾ ਕੇ ਮਿਲਟਸ ਦੀ ਉਹ ਆਪਾਂ ਜਿਹੜੀ ਆ ਉਹ ਸਭ ਤੋਂ ਉੱਤਮ ਹੈ ਬਾਕੀ ਦਾ ਇਡਲੀ ਵੀ ਬਣ ਜਾਂਦੀ ਹੈ ਉਪਮਾ ਬਣਾ ਲਓ ਇਡਲੀ ਬਣਾ ਲਓ ਤੁਹਾਡਾ ਵੜੇ ਬਣਾ ਲਓ ਠੋੜੇ ਬਣਾ ਲਓ ਜੇ ਤੁਸੀਂ ਥੋੜੀ ਬਤੀ ਫਰਾਈਂਗ ਖਾਣ ਖਾਣ ਦੀ ਕਦੇ ਕਦੇ ਇੱਛਾ ਹੋਰੀ ਤੁਹਾਡੀ ਉਹ ਚਿੱਲਾ ਚਿੱਲਾ ਬਣਾ ਲਓ ਦਹੀਂ ਭੱਲੇ ਬਣਾ ਲਓ ਜੋ ਮਰਜ਼ੀ ਬਣਾ ਲਓ ਦੇ ਅੰਦਰ ਜੇ ਕੋਈ ਲੋੜ ਹੈ ਤਾਂ ਇਹਨੂੰ ਇਹਨੂੰ ਜਗਰ ਬਖਤ ਉਹ ਅੰਬਲੀ ਦੇ ਖਮੀਰ ਬਣਾ ਕੇ ਉਸ ਤੋਂ ਬਾਅਦ ਤੁਸੀਂ ਉਹਦੇ ਸ਼ੇਕਸ ਬਣਾ ਲਓ ਅੰਬਲੀ ਦੇ ਸ਼ੇਕਸ ਬਹੁਤ ਕਮਾਲ ਦੇ ਬਣਦੇ ਆ ਖਮੀਰ ਦੇ ਉਹਦੇ ਅੰਦਰ ਤੁਸੀਂ ਫਰੂਟਸ ਪਾਓ ਫਰੂਟਸ ਮਿੱਠੇ ਮਿੱਠੇ ਸ਼ੇਕਸ ਬਣ ਕੇ ਜੇ ਤੁਸੀਂ ਉਹਨੂੰ ਉਹਨੂੰ ਜਿੱਦਾਂ ਆਪਾਂ ਉਹ ਪੀਨੇ ਆਂ ਜੀਰੇ ਦਾ ਪਾਣੀ ਜਾਂ ਜਿਹੜਾ ਗੋਲ ਗੱਪਿਆਂ ਦਾ ਪਾਣੀ ਬਣਾਉਂਦੇ ਆ ਉਹਦੇ ਜਿਹੜੇ ਮਸਾਲੇ ਪਾਉਂਦੇ ਆ ਆਪਾਂ ਪਦੀਨਾ ਪਾ ਲਿਆ ਤਣੀਆਂ ਪਾ ਲਿਆ ਕੁਝ ਬਹੁਤ ਤਿੱਖਿਆ ਤਿੱਖਿਆ ਜਾ ਪਾ ਕੇ ਉਹਨੂੰ ਪਰੰਪਰਿਕ ਨੂੰ ਜਿਵੇਂ ਨੂੰ ਜਿਵੇਂ ਲਸੀਪੀ ਨੇ ਆਪਾਂ ਉਹਦੇ ਚ ਪਦੀਨਾ 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 ਕੁਟਕੇ ਪਾ ਸਾਦੇ ਆ ਉਹਦੇ ਚ ਜੀਰਾ ਪਾ ਸਾਦੇ ਆ ਉਹਦੇ ਚ ਕੋਈ ਛਾਦਾਂ ਦੇ ਚੀਜ਼ਾਂ ਪਾ ਕੇ ਉਹਨੂੰ ਟੇਸਟੀ ਬਣਾ ਕੇ ਉਹਨੂੰ ਨਮਕੀਨ ਡਰਿੰਕ ਦੇ ਤੌਰ ਤੇ ਵੀ ਲੈ ਸਕਦੇ ਆ ਸੋ ਦੋਨੋਂ ਤਰ੍ਹਾਂ ਦੀਆਂ ਡਰਿੰਕਸ ਬਣ ਜਾਂਦੀਆਂ ਨੇ ਨਮਕੀਨ ਡਰਿੰਕਸ ਵੀ ਬਣ ਜਾਂਦੀਆਂ ਤੇ ਜਿਹੜੀਆਂ ਮਿੱਠੀਆਂ ਡਰਿੰਕਸ ਵੀ ਬਣ ਜਾਂਦੀਆਂ ਫਲ ਪਾ ਕੇ ਖਜੂਰਾ ਪਾ ਕੇ ਬਹੁਤ ਕਮਾਲ ਦੀਆਂ ਡਰਿੰਕਸ ਬਣ ਜਾਂਦੀਆਂ ਸੋ ਇਹ ਜਿਹੜਾ ਹੈ ਮਿਲ ਮੀਲਸ ਖਾਣ ਦੇ ਜਿਹੜੇ ਮੋٹے ਮੋٹے ਬਰੌਡਲੀ ਤਰੀਕੇ ਨੇ ਇਹਦੀ ਅਗ੍ਹੀ ਵਿਸਥਾਰ ਆਪਾਂ ਕਿਸੇ ਵੱਖਰੀ ਥਾਂ ਤੇ ਕਰ ਲਾਂਗੇ ਅੰਬਲੀ ਕਿੱਦਾਂ ਬਣਾਉਣੀ ਆ ਉਹ ਮੇਰੇ ਖਿਆਲ ਜੋ ਫਿਰ ਨਹੀਂ ਤਾਂ ਬਦਲੰਬੀ ਹੋ ਜਾਈ ਗੱਲ ਬਹੁਤ ਤਾਂ ਆਪਾਂ ਜਿਹੜੀ ਉਹ ਕੱਲੀ ਕੱਲੀ ਤੇ ਮੇਰੇ ਖਿਆਲ 10 10 5 ਮਿੰਟ ਦੀ 10 10 ਮਿੰਟ ਦੀ ਵੀਡੀਓ ਬਣ ਸਕਦੀਆਂ ਨੇ ਕਿ ਰੋਟੀ ਕਿੱਦਾਂ ਬਣਾਉਣੀ ਆ ਅੰਬਲੀ ਕਿੱਦਾਂ ਬਣਾਉਣੀ ਆ ਦਲੀਆ ਕਿੱਦਾਂ ਬਣਾਉਣਾ ਤਾਂ ਉਹਦੀ ਉਹਦੀ ਅਲੱਗ-ਅਲੱਗ ਵੀ ਬਣ ਸਕਦੀਆਂ ਕਿਉਂਕਿ ਉਹ ਫਿਰ ਸਟੈਪ ਬਾਈ ਸਟੈਪ ਦੱਸਣਾ ਪਏਗਾ ਤੇ ਉਹ ਜਦੋਂ ਸਾਡੇ ਕੋਲ ਮੀਜ਼ ਆਉਂਦਾ ਤਾਂ ਅਸੀਂ ਉਹਨੂੰ ਮਤਲਬ ਪੂਰੀ ਗੱਲ ਸਮਝਾਉਂਦੇ ਆ ਸਟੈਪ ਬਾਈ ਸਟੈਪ ਕਿ ਕਿਵੇਂ-ਕਿਵੇਂ ਕਰਨਾ ਸਾਰਾ ਵੀ ਸਾਰਾ ਕੁਝ ਸਮਝਾ ਕੇ ਭੇਜਦੇ ਆ ਤੇ ਬਹੁਤ ਹੀ ਕ ਔਰ ਸਾਡਾ ਇਹਨਾਂ ਕੰਫੀਡੈਂਸ ਹੋ ਗਿਆ ਕਿ ਅਸੀਂ ਹੁਣ ਹਰ ਬਿਮਾਰੀ ਨੂੰ ਕਹਿ ਸਕਦੇ ਹਾਂ ਕਿ ਉਹ ਰਿਵਰਸ ਹੋ ਜਾਂਦੀ ਹੈ। ਤੋਂ ਇਸ ਕਗੇ ਡਿਜ਼ੀਜ਼ ਰਿਵਰਸ ਜਿਹੜੀ ਹੈ ਮੇਰੇ ਕੋਲ ਇੱਥੇ ਮੇਰੇ ਕੋਲ ਉਹ ਦਾ ਡਾਕਟਰ ਬੈਠੇ ਆਂ ਝਾਰਖੰਡ ਤੋਂ ਆਏ ਹੋਏ। ਉਹ ਉਹ ਬਾਈਪਾਸ ਕਰਾ ਲਈ ਸੀ ਉਹਨਾਂ ਨੇ ਉਹ 슈ਗਰ ਦੇ ਮਰੀਜ਼ ਸੀਗੇ ਹੋਰ ਸੀ ਸਭ ਕੁਝ ਸੀ ਤੇ ਸਭ ਦਵਾਈਆਂ ਦੁਵਾਈਆਂ ਛੱਡ ਕੇ ਤਾਂ ਤੰਦਰੁਸਤ ਨੇ। ਤਾਂ ਤੰਦਰੁਸਤ ਬੈਠੇ ਆ ਉਹ ਉਹ ਇਹ ਡਾਈਟ ਖਾ ਕੇ। ਤੋਂ ਰੋਜ਼ ਸਾਡੇ ਕੋਲ ਇਦਾਂ ਦੇ ਕਿੰਨੇ ਮਰੀਜ਼ ਆਉਂਦੇ ਆ ਜਿਹੜੇ ਕਿ ਇਹ ਕਰ ਚੁੱਕੇ ਆਂ, ਤੇ ਨਹੀਂ ਕਰ ਚੁੱਕੇ ਆਂ। ਸੋ ਇਸ ਕਿਸੇ ਦਾ ਬਰਤਾਰਾ ਮੈਂ ਸਮਝਦਾ ਕਿ ਆਪਾਂ ਤੰਦਰੁਸਤ ਰਹਿਣਾ ਤਾਂ ਜਿਹੜਾ ਆਪਾਂ ਜਿਹੜੇ ਅੱਧਾ ਅੱਧਾ ਕੱਚਾ ਖਾਣਾ ਜਿਹਦੇ ਚ ਸਬਜ਼ੀਆਂ ਫਲ ਜੂਸਸ ਚਟਨੀਆਂ ਔਰ ਸਪਰਾਉਟਸ ਔਰ ਨੱਟਸ ਇਹ ਕੱਚੇ ਹੋਗੇ ਤੇ ਬਾਕੀ ਦਾ ਅੱਧਾ ਪੱਕਿਆ ਹੋਇਆ ਖਾਣਾ ਤੇ ਪੱਕਿਆ ਹੋਇਆ ਖਾਣਾ ਜੇ ਮਿਲਟਸ ਦਾ ਤਾਂ ਉਹ ਬਹੁਤ ਹੀ ਜਿਹੜਾ ਇਹਦਾ ਸੁਮੇਲ ਹੈ ਕੱਚੇ ਖਾਣੇ ਦਾ ਤੇ ਮਿਲਟਸ ਦਾ ਇੱਕ ਵੰਡਰਫੁਲ ਸੁਮੇਲ ਹੈ ਤੇ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਸਿਹਤ ਦੀ ਖਾਣਾ ਇਹ ਮੈਂ ਸਮਝਦਾ ਕਿ ਜੇ ਨੂੰ ਆਪਾਂ ਪੜਾਵਾਂਗੇ ਤਾਂ ਕੋਈ ਕਾਰਨ ਨਹੀਂ ਹੈ ਕਿ ਅਸੀਂ ਕਦੇ 100 ਸਾਲ ਤੋਂ ਪਹਿਲਾਂ ਸਾਨੂੰ ਕੋਈ ਬਿਮਾਰੀ ਫੜੇ ਔਰ ਜੇ ਬਿਮਾਰੀ ਨੇ ਫੜ ਲਿਆ ਹੋਇਆ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਉਸ ਬਿਮਾਰੀ ਤੋਂ ਮੁਕਤ ਨਾ ਹੋਈਏ ਬਿਮਾਰੀ ਨੇ ਫੜ ਲਿਆ ਤਾਂ ਕੋਈ ਕਾਰਨ ਨਹੀਂ ਕਿ ਆਪਾਂ ਬਿਮਾਰੀ ਤੋਂ ਮੁਕਤ ਨਾ ਹੋ ਸਕੀ ਡਾਕਟਰ ਫਿਰ ਇਹ ਬਹੁਤ ਸਾਰੀਆਂ ਬਿਮਾਰੀਆਂ ਠੀਕ ਵੀ ਕਰਦੇ ਨੇ ਮਿਲਟਸ ਕਿਉਂਕਿ ਡਾਕਟਰ ਖਾਦਰਵਲੀ ਨੇ ਰਿਸਰਚ ਜਿਹੜੀ ਕੀਤੀ ਹੈ ਉਹ ਜਿਹੜਾ 네ਗੇਟਿਵ ਨਿਊਟਰਲ ਤੇ ਸ਼੍ਰੀ ਧਾਨੀਆਂ ਯਾਨੀ ਪੋਜ਼ਿਟਿਵ ਗ੍ਰੇਨਸ ਦੇ ਉੱਤੇ ਕੀਤੀ ਹੈ ਪੋਜ਼ਿਟਿਵ ਗ੍ਰੇਨ ਜਿੰਨੇ ਵੀ ਨੇ ਇਹ ਸਾਰੇ ਅਲੱਗ-ਅਲੱਗ ਬਿਮਾਰੀਆਂ ਦੇ ਵਿੱਚ ਤੁਸੀਂ ਖਾਣ ਨੂੰ ਦੱਸਦੇ ਹੋ ਵੀ ਆਹ ਬਿਮਾਰੀ ਦੇ ਵਿੱਚ ਆਹ ਜਿਹੜਾ ਅਨਾਜ ਖਾਓਗੇ ਤੇ ਤੁਹਾਡੀ ਬਿਮਾਰੀ ਰਿਵਰਸ ਹੋ ਜਾਏਗੀ ਤੇ ਫਿਰ ਹੁਣ ਥੋੜਾ ਜਿਹਾ ਇਹ ਵੀ ਦੱਸਣਾ ਜ਼ਰੂਰੀ ਹੋਏਗਾ ਵੀ ਕਿਹੜੀ ਬਿਮਾਰੀ ਦੇ ਵਿੱਚ ਕਿਹੜੇ-ਕਿਹੜੇ ਮਿਲਟਸ ਜਿਹੜੇ ਨੇ ਆਪਾਂ ਖਾ ਕੇ ਤੇ ਆਪਾਂ ਰਿਵਰਸ ਕਰ ਸਕਦੇ ਹਾਂ ਨਹੀਂ ਮੇਰੇ ਖਿਆਲ ਚ ਉਹ ਡਿਟੇਲ ਦੱਸਾਂਗੇ ਤਾਂ ਫਿਰ ਤਾਂ ਬਹੁਤ ਲੰਬੀ ਜਿਹੀ ਡਿਟੇਲ ਹੋ ਜਾਏਗੀ ਮोटा-ਮोटा ਇਹ ਮੈਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਜਿਵੇਂ ਕੋਧਰਾ ਹੈ ਕੂਨਰ ਰਿਲੇਟਡ ਨੇ ਉਹ ਕੋਧਰੇ ਲਈ ਉਹ더라 ਦੀ ਬਾਤ ਵਧੀਆ ਕਟਕੀ ਜਿਹੜੀ ਰਿਪਰੋਡਕਟਿਵ ਹੈਲਥ ਲਈ ਬਾਤ ਵਧੀਆ ਕੋਈ ਪ੍ਰੈਗਨਨਸੀ ਨਾਲ ਸੰਬੰਧਤ ਬੱਚੀ ਜਾ ਕੋਈ ਸਪਰਮ ਕੋ ਹਾਰਮੋਨ ਨਾਲ ਸਾਰੀ ਕਟਕੀ ਕਟਕੀ ਜਿਹੜੀ ਹੈ ਜਿਹੜੇ ਜਿਹੜੇ ਹਾਰਮੋਨਸ ਵਾਲੇ ਸਾਰੇ ਮਸਲੇ ਨੇ ਉਹਦੇ ਚ ਅਸੀਂ ਕਟਕੀ ਜ਼ਿਆਦਾ ਦਿੰਨੇ ਆ ਜਿਹੜਾ ਸਵਾਂਖ ਹੈ ਉਹ ਪੇਟ ਦੀਆਂ ਬਿਮਾਰੀਆਂ ਲਈ ਜਿਗਰ ਲਈ ਬਹੁਤ ਵਧੀਆ ਹੈ ਜਿਹੜੇ ਤੁਹਾਡੇ ਇਹ ਬ੍ਰਾਊਨ ਟਾਪ ਹੈ ਤੇ ਜਿਹੜੇ ਕੰਗਣੀ ਤੇ ਹਰੀ ਕੰਗਣੀ ਹੈ ਇਹ ਇਹ ਹਰੀ ਕੰਗਣੀ ਜਿਹੜੀ ਆ ਇਹ ਕੈਂਸਰ ਚ ਬਹੁਤ ਵਧੀਆ ਹੈ ਕੈਂਸਰ ਚ ਜ਼ਿਆਦਾ ਦਿੰਨੇ ਅਸੀਂ ਇਹ ਜਿਹੜੀ ਕੰਗਣੀ ਹੈ ਇਹ ਤੁਹਾਡੇ ਸਭ ਬਾਕੀ ਜਿਹਨੇ ਜੋੜਾਂ ਵਾਲੀਆਂ ਸਮੱਸਿਆਵਾਂ ਨੇ ਆਟੋਮੋਨ ਡਿਸਆਰਡਰ ਨੇ ਇਹਦੇ ਜਿਹੜੇ ਜ਼ਿਆਦਾ ਦਿੰਦੇ ਆ ਕੋਧਰਾ ਕੋਧਰਾ ਤੁਹਾਡੇ ਇਹਨੇ ਮੋਟਾਪੇ ਵਾਸਤੇ ਬਾਤ ਵਧੀਆ ਮੋਟਾਪਾ ਜਿਹੜਾ ਘਟਾਉਣਾ ਸੀ ਕੋਧਰਾ ਕੋਧਰਾ ਜਨ ਦਿੰਦੇ ਆ ਕੁਟਕੀ ਜ਼ਿਆਦਾ ਦਿੰਦੇ ਆ ਬ੍ਰੇਨ ਦੀ ਬਿਮਾਰੀਆਂ ਵਾਸਤੇ ਤੁਹਾਡੇ ਬ੍ਰਾਊਨ ਟਾਪ ਤੇ ਜਿਹੜੀਆਂ ਕੰਗਣੀ ਤੇ ਹਰੀ ਕੰਗਣੀ ਜਿਹੜੀਆਂ ਨੇ ਦੋਨੋਂ ਦੋਨੋਂ ਨਰਵਸ ਸਿਸਟਮ ਲਈ ਕੰਗਣੀ ਬਾਤ ਵਧੀਆ ਕੰਗਣੀ ਬਾਤ ਵਧੀਆ ਤੋ ਇਹ ਮੋਟਾ ਮੋਟਾ ਬਾਕੀ ਆਦਰਵਾਇਜ਼ ਕੰਬੀਨੇਸ਼ਨ ਬਣਾਇਆ ਹੁੰਦਾ ਸੀ ਆਦਰਵਾਇਜ਼ ਹੈਲਦੀ ਬੰਦੇ ਨੂੰ ਸੀ ਕਹਿੰਦੇ ਦੋ ਦੋ ਦਿਨ ਖਾਓ ਪੰਜੇ ਪੰਜੇ ਖਾਣੇ ਆ ਔਰ ਅਲੱਗ-ਅਲੱਗ ਖਾਣੇ ਆ ਅਲੱਗ-ਅਲੱਗ ਕਿਉਂ ਖਾਣੇ ਆ ਇਹਦੇ ਪਿੱਛੇ ਦਲੀਲ ਇਹ ਆ ਅਲੱਗ-ਅਲੱਗ ਖਾਣ ਪਿੱਛੇ ਕਿ ਇਹਦੇ ਅੰਦਰ ਦੋ ਗੁਣ ਨੇ ਇੱਕ ਸੱਪੋਜਨ ਹੈ ਦੂਜਾ ਹੈ ਦਵਾ ਗੁਣ ਜਿਹੜੇ ਨੇ ਉਹ ਤਾਂ ਵਧੀਆ ਲੱਗਣਗੇ ਜੇ ਅਸੀਂ ਇਕੱਲੀ-ਇਕੱਲੀ ਖਾਵਾਂਗੇ ਤਾਂ ਪੰਜਾਂ ਦੇ ਦਵਾ ਗੁਣ ਅਲੱਗ-ਅਲੱਗ ਨੇ ਉਹ ਡਿਲੂਟ ਹੋ ਜਾਣਗੇ ਫਿਰ ਕੋਈ ਕਿਸੇ ਦਾ ਵੀ ਦਵਾ ਗੁਣ ਨਾ ਰਿਹਾ ਫਿਰ ਜੇਪ ਦਵਾਈ ਗੁਣਾ ਦਾ ਪੂਰਾ ਫਾਇਦਾ ਠਾਉਣਾ ਹੈ ਤਾਂ ਆਪਾਂ ਆਪਾਂ ਜਿਹੜੇ 2 ਦਿਨ ਅਸੀਂ ਫਿਰ ਸਿਹਤਮੰਦ ਬੰਦੇ ਨੂੰ ਕਹਿੰਦੇ ਕਿ 2-2 ਦਿਨ ਪੰਜੇ ਅਨਾਜ ਖਾਓ ਤਾਂ ਕਿ ਉਹ 2 ਦਿਨ ਇਹਨੇ ਖਾਦਾ ਤਾਂ ਉਹਦੇ ਮੰਨ ਲਓ ਲੀਵਰ ਵਾਲਾ ਲੀਵਰ ਵਾਲਾ ਮਿਲਟ ਚੱਲ ਰਿਹਾ ਤਾਂ ਉਹ ਲੀਵਰ ਹੈਲਦੀ ਹੋ ਗਿਆ ਅਗਲੇ ਦਿਨ 2 ਦਿਨ ਅਸੀਂ ਖਾਦਾ ਤਾਂ ਬ੍ਰੇਨ ਵਾਲਾ ਨਾਜਾ ਤਾਂ ਉਹ ਬ੍ਰੇਨ ਹੋ ਗਿਆ ਤੇ ਇਦਾਂ ਵਾਰੀ-ਵਾਰੀ ਅਗਰ ਅਸੀਂ ਕੱਲੇ-ਕੱਲੇ ਖਾਈ ਜਾਵਾਂਗੇ ਤਾਂ ਸਾਰੇ ਅੰਗ ਸਾਡੇ ਤੰਦਰੁਸਤ ਰਹਿਣਗੇ ਜਿਹੜੇ ਜਿਹੜੇ ਅਲੱਗ-ਅਲੱਗ ਬਿਮਾਰੀਆਂ ਹੁੰਦੀਆਂ ਨੇ ਉਹ ਅਸੀਂ ਉਸ ਪਾਰਟਿਕੂਲਰ ਮਿਲਟ ਨੂੰ ਵਧਾ ਦਿੰਨੇ ਆਂ ਤੇ ਬਾਕੀ ਨੂੰ ਥੋੜਾ ਇੱਕ ਦਿਨ ਘੱਟ ਕਰ ਦਿੰਨੇ ਆ ਮੰਨ ਲਓ ਦੋ ਹੋ ਗਏ ਤਿੰਨ ਤਿੰਨ ਦਿਨ ਹੋ ਗਏ ਬਾਕੀ ਕਿ ਕਿੰਨੇ ਦਿਨ ਹੋ ਗਏ ਇੱਕ ਇੱਕ ਤਿੰਨ ਦਿਨ ਹੋ ਗਿਆ ਬਾਕੀ ਕਿ ਕਿੰਨੇ ਦਿਨ ਹੋਗੇ ਇਦਾਂ ਉਹ ਉਹ ਵਧਾ ਘਟਾ ਕੇ ਉਹਦਾ ਕੰਬੀਨੇਸ਼ਨ ਬਣਾ ਦਿੰਨੇ ਆ ਮਿਲਟਸ ਦਾ ਤੇ ਉਹਦੇ ਨਾਲ ਇੱਕ ਜਿਹੜਾ ਜਿਹੜਾ ਦੂਸਰਾ ਡਾਕਟਰ ਖਾਦਰਵਲੀ ਦੀ ਦੇਣਾ ਉਹ ਹੈਗਾ ਕਸ਼ਾਇ ਕਾੜੇ ਕਾੜੇ ਵੀ ਨਾਲ ਦਿੰਨੇ ਆ ਜਿਹੜੇ ਦਬਾਅ ਪੌਦੇ ਨੇ ਉਹਨਾਂ ਨੂੰ ਕਾੜੇ ਦੇ ਤੌਰ ਤੇ ਲੈਣਾ ਬਹੁਤ ਸੌਖਾ ਹੈ ਔਰ ਸਵਾਦਿਸ਼ਟ ਹੈ ਅਦਰਵਾਈਜ਼ ਪੱਤੇ ਖਾਣੇ ਬੜੇ ਔਖੇ ਹੁੰਦੇ ਆ ਪੱਤੇ ਇਦਾਂ ਖਾਈ ਨਹੀਂ ਜਾਂਦੇ ਪੱਤਿਆਂ ਨੂੰ ਖਾਣ ਲਈ ਜਿਆਦਾ ਜਿਆਦਾ ਉਹਦੀ ਚਟਨੀ ਬਣਾਣੀ ਪਊਗੀ ਜੇ ਉਹਦਾ ਜੂਸ ਚ ਪਣਾਉਣਾ ਪਊਗਾ ਜਾਂ ਉਹਨੂੰ ਕਾੜੇ ਕਾੜੇ ਤਰ੍ਹਾਂ ਤੇ ਪੀ ਸਕਦੇ ਆ ਤੇ ਕਾੜੇ ਪੱਤਿਆਂ ਦੇ ਤੇ ਖਾਸ ਕਰਕੇ ਜਿਹੜੇ ਪੌਦੇ ਦਵਾਈ ਪੌਦਿਆਂ ਦੇ ਜਿਹੜੇ ਨੇ ਉਹ ਕਿਉਂਕਿ 5 ਮਿੰਟ ਬਾਲਣ ਨਾਲ ਉਹਦੇ ਦਵਾਈ ਗੁਣ ਜਿਹੜੇ ਨੇ ਪਾਣੀ ਚ ਆ ਜਾਂਦੇ ਆ ਕਾੜੇ ਚ ਆ ਜਾਂਦੇ ਆ ਤੋਂ ਕਾੜੇ ਬਹੁਤ ਹੀ ਉੱਤਮ ਚੀਜ਼ ਨੇ ਤੋਂ ਉਹ ਕਾੜੇ ਵੀ ਸੀ ਇਦਨੇ ਬਦਲ ਬਦਲ ਕੇ ਦਿੰਨੇ ਆ ਕਿ ਕਿਹੜੀ ਕਿਹੜੀ ਵੀ ਹੁਣ ਸਾਡਾ ਸਾਡੀ ਕਲਾਕਾਰੀ ਕੀ ਹੈ ਕਿ ਕਿਹੜੀ ਬਿਮਾਰੀ ਚ ਕਿਹੜਾ ਘੜਾ ਘੜਾ ਪੀਣਾ ਤੇ ਕਿਹੜੀ ਬਿਮਾਰੀ ਕਿੰਨੇ ਕਿੰਨੇ ਮਿਲਟਸ ਖਾਣੇ ਆ ਪਲੱਸ ਤੀਜਾ ਸਾਡੀ ਕਲਾਕਾਰੀ ਆ ਦਵਾਈਆਂ ਬਾਕੀ ਨਹੀਂ ਤਾਂ ਮਰੀਜ਼ ਆਪਣੇ ਆਪ ਹੀ ਕਰ ਸਕਦਾ ਉਬੀਸੀ ਲਿਸਟਾਂ ਪਾਈਆਂ ਹੋਈਆਂ ਨੇ ਉਹਦੀ ਲਿਸਟ ਵੀ ਅਸੀਂ ਪਾਈ ਹੋਈ ਗਰੁੱਪਾਂ 'ਚ ਕਿ ਕਿਹੜੀ ਬਿਮਾਰੀ 'ਚ ਕਿਹੜੇ ਮਿਲਟ ਕਿੰਨੇ ਦਿਨ ਖਾਣੇ ਆ ਉਹ ਵੀ ਪਾਈ ਹੋਈ ਆ ਕਿ 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 ਕਿਹੜੇ ਘਾੜੇ ਕਿਹੜੇ ਘੜ ਦੇ ਪੀਣੇ ਕਿਵੇਂ 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 ਪੀਣੇ ਉਹ ਡਾਕਟਰ ਖਾਦਰਵਾਲੀ ਦੀ ਵੈਬਸਾਈਟ ਆ ਉਹਦੇ ਉੱਪਰ ਵੀ ਜਿਹੜੀ ਆ ਉਹ 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 ਸਾਰੀ ਵੈਬਸਾਈਟ ਜਿਹੜੀਆਂ ਪੀਡੀਐਫ ਪਈਆਂ ਨੇ ਹਿੰਦੀ ਵਾਲੀ ਪੀਡੀਐਫ ਵੀ ਪਈ ਆ ਅੰਗਰੇਜ਼ੀ ਵਾਲੀ ਪੀਡੀਐਫ ਵੀ ਜਿਹੜੇ ਦੋਸਤ ਇਹ ਖੁਦ ਜਾਣ ਕੇ ਖੁਦ ਆਪਣੇ ਡਾਕਟਰ ਬਣਣੇ ਦੋਸਤੋ ਥੋੜਾ ਜਿਹਾ ਆਮ ਨਾਲੋਂ ਜ਼ਿਆਦਾ ਜਾਣਨਾ ਚਾਹੁੰਦੇ ਆ ਤੋ ਡਾਕਟਰ ਖਾਦਰਵਾਲੀ ਦੀ ਵੈਬਸਾਈਟ ਤੇ ਜਾ ਸਕਦੇ ਆ ਉਹਦਾ ਵੈਬਸਾਈਟ ਦਾ ਨਾਮ ਹੈਗਾ www.sreejivan.org sri.siri.jwevan.org ਇਹ ਡਾਕਟਰ ਖਾਦਰਵਾਲੀ ਦੀ ਵੈਬਸਾਈਟ ਹੈ ਉਹਦੇ ਉੱਪਰ ਹਿੰਦੀ ਪੀਡੀਐਫ ਵੀ ਪਈ ਹੈ ਅੰਗਰੇਜ਼ੀ ਪੀਡੀਐਫ ਵੀ ਪਈ ਹੈ ਅਸੀਂ ਆਪਣੇ ਗਰੁੱਪਾਂ ਜਿਹੜੀ ਪੰਜਾਬੀ ਵਾਲੀ ਵੀ ਪਾਈ ਹੋਈ ਹੈ ਅਸੀਂ ਪੰਜਾਬੀ ਵਾਲੀ ਵੀ ਪਾਈ ਹੋਈ ਨਾਲ ਤੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਕਿ ਉਹਨਾਂ ਇਹਨਾਂ ਜਿਹੜੇ ਜਿੱਥੇ-ਇਥੇ ਇਸ ਲਿਟਰੇਚਰ ਪਿਆ ਹੈ ਉਹਨਾਂ ਗਰੁੱਪਾਂ ਚ ਲਾਓ ਪੜੋ ਆਪਣੇ ਜੀਵਨ ਚ ਅਪਣਾਓ ਆਪ ਅਪਣਾਓ ਆਪਣੇ ਪਰਿਵਾਰ ਨੂੰ ਸਿਹਤਮੰਦ ਕਰੋ ਆਪ ਸਿਹਤਮੰਦ ਰਹੋ ਤੇ ਆਪਣੇ ਆਲੇ ਦੁਆਲੇ ਆਪਣੇ ਪਿੰਡ ਨੂੰ ਆਪਣੇ ਮਹੱਲੇ ਨੂੰ ਆਪਣੇ ਸ਼ਹਿਰ ਨੂੰ ਤੰਦਰੁਸਤ ਕਰੋ ਔਰ ਇੱਥੇ ਪੌਨ ਦਾ ਪੰਨ ਫਲੀਆਂ ਦੀਆਂ ਫਲੀਆਂ ਨੇ ਜਿਹੜੇ ਲੋਕ ਇਹਦੇ ਚ ਨੂੰ ਨੂੰ ਐਜ਼ ਐਜ਼ੇ ਪ੍ਰੋਫੈਸ਼ਨਲ ਅਡਾਪਟ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਬਹੁਤ ਸੌਖਾ ਮੰਨ ਲਓ ਕੋ ਡਾਕਟਰ ਕੋ ਹੈਲਥ ਦਾ ਬੰਦਾ ਹੈ ਜਾਂ ਜਿਹੜਾ ਬੰਦਾ ਕੋ ਅਵੇਅਰ ਹੈਲਥ ਬਾਰੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਨਾਂ ਨੇ ਸਟੋਰ ਖੋਲ੍ਹ ਖੋਲ੍ਹ ਰਹੇ ਹਨ ਧੜਾ ਧੜ ਕੋਈ ਸਟੋਰ ਖੋਲ੍ਹ ਰਿਹਾ ਕੋਈ ਸੈਂਟਰ ਚਲਾ ਰਿਹਾ ਹੈ ਵੈਲਨੈਸ ਸੈਂਟਰ ਸੀ ਕਹਿੰਦੇ ਉਹਨੂੰ ਅਸੀਂ ਹਸਪੀਟਲ ਵਰ ਰੈਫਰ ਨਹੀਂ ਕਰਦੇ ਅਸੀਂ ਵੈਲਨੈਸ ਸੈਂਟਰ ਜਾ ਕੇ ਨੇ ਆ ਕਿ ਵੈਲਨੈਸ ਸੈਂਟਰ ਨਹੀਂ ਜਾਨੀ ਕਿਸੇ ਸਿਹਤ ਦਿੰਨੇ ਆ ਅਸੀਂ ਐਸੀ ਐਸੀ ਉਹ ਉਹ ਸਾਇੰਸ ਸਿਖਾਉਣੀ ਆ ਲੋਕਾਂ ਨੂੰ ਕਿ ਉਹ ਬਿਮਾਰੀ ਨਾ ਹੋਣ ਬਿਮਾਰੀ ਹੋਣ ਲੱਗੇ ਹੀ ਨਾ ਜੇ ਲੱਗ ਗਈ ਹੈ ਤਾਂ ਫਿਰ ਉਹਨੂੰ ਠੀਕ ਕਰ ਠੀਕ ਕਰਨ ਦਾ ਵੀ ਕਲਾ ਦਿੰਨੇ ਆ ਤਾਂ ਇਹ ਜਿਹੜਾ ਜਿਹੜੇ ਜਿਹੜੀ ਇਹਦੇ ਚ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ ਇਹਦੇ ਅੰਦਰ ਲੋਕ ਸਿਹਤਮੰਦ ਹੋ ਰਹੇ ਆ ਇਹਦੇ ਚ ਜਿਹੜਾ ਨਵੀਂ ਕਿਸਮ ਦਾ ਕਲਚਰ ਆ ਰਿਹਾ ਖੇਤੀ ਚ ਆ ਜਾਣਗੇ ਹੌਲੀ ਹੌਲੀ ਖੇਤੀ ਜੀ ਵੀ ਇੰਪਲੋਇਮੈਂਟ ਔਰੀਐਂਟਡ ਨੇ ਸਾਰੇ ਇਹ ਇਹਦੇ ਵਿੱਚ ਹਿਊਜ এমਪਲੋਇਮੈਂਟ ਜਨਰੇਟ ਹੋਏਗੀ ਤੇ ਕੋਈ ਦਿੱਕਤ ਨਹੀਂ ਹੈ ਪੰਜਾਬ ਨੂੰ ਅਗਰ ਆਪਾਂ ਨੇ ਬਚਾਉਣਾ ਹੈ ਤਾਂ ਉਹਦੇ ਵਿੱਚ ਜਿਹੜੇ ਮਿਲਟਸ ਦਾ ਬਹੁਤ ਵੱਡਾ ਰੋਲ ਹੋਏਗਾ ਜਿੱਥੇ ਸਾਡੀ ਜਿਹੜੀ ਚੌਲਾਂ ਤੋਂ ਤੋਬਾ ਕਰਕੇ ਅਸੀਂ ਜੀਰੀ ਤੋਂ ਚੌਲ ਤੋਂ ਤੋਬਾ ਕਰਕੇ ਜਦੋਂ ਮਿਲਟਸ ਅਡਾਪਟ ਕਰਾਂਗੇ ਉਹਦੇ ਅੰਦਰ ਸਾਡਾ ਪਾਣੀ ਵੀ ਬਚੇਗਾ ਸਾਡੀ ਖੇਤੀ ਵੀ ਬਚੇਗੀ ਸਾਡੇ এমਪਲੋਇਮੈਂਟ ਵੀ ਬਹੁਤ ਜਨਰੇਟ ਹੋਏਗੀ ਸਾਡੇ ਪਿੰਡ ਖੁਸ਼ਹਾਲ ਹੋਣਗੇ ਔਰ ਸਾਡੀਆਂ ਸੇਤਾਂ ਜਿਹੜੀਆਂ ਨੇ ਉਹ ਅਸਲ ਜਿਹੜਾ ਜਿਹੜੇ ਅਸੀਂ ਪੰਜਾਬੀ ਆਪਣੇ ਆਪ ਨੂੰ ਮਾਰਸ਼ਲ ਕਹਿੰਦੇ ਸੀਗੇ ਉਹ ਮਾਰਸ਼ਲ ਬਣ ਲਈ ਆਪਾਂ ਵੀ ਇਹ ਇਹ ਮਿਲਰਸ ਨੇ ਸਾਡੇ ਲਈ ਵਰਦਾਨ ਸਾਬਤ ਹੋਗੇ। ਪਰ ਇੱਕ ਹੋਰ ਵੀ ਚੀਜ਼ ਹੈ ਜਿਹੜਾ ਕਿ ਜਿਵੇਂ ਆਪਣਾ ਕਣਕ ਤੇ ਚੌਲ ਨੇ ਉਹਨਾਂ ਦੇ ਰੇਟ ਆਪਾਂ ਨੂੰ ਘੱਟ ਮਿਲਦੇ ਨੇ ਕਿਸਾਨਾਂ ਨੂੰ ਤੇ ਜੇਕਰ ਮਿਲਟਸ ਦੀ ਖੇਤੀ ਕਰਨ ਲਈ ਹਲੇ ਤਾਂ ਸ਼ੁਰੂਆਤੀ ਦੌਰ ਹੈ ਤੇ ਜੇਕਰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ-ਜਿਹੜੇ ਮਿਲਟਸ ਦੀ ਖੇਤੀ ਕਰਨਗੇ ਉਹਨਾਂ ਨੂੰ ਰੇਟ ਵੀ ਵਧੀਆ ਮਿਲ ਸਕਦਾ ਮਾਰਕੀਟ ਦੇ ਵਿੱਚੋਂ। ਨਹੀਂ ਇਹ ਇਹ ਗੱਲ ਥੋੜੀ ਜੀ ਅਜੇ ਆਪਾਂ ਨੂੰ ਇਦਾਂ ਨਹੀਂ ਕਹਿ ਸਕਦੇ ਕਿਉਂਕਿ ਜੇ ਐਮਐਸਪੀ ਗਵਰਨਮੈਂਟ ਦੇ ਰਹੀ ਹੈ ਤਾਂ ਫਿਰ ਉਧਰ ਰੇਟ ਜ਼ਿਆਦਾ ਮਿਲਦੇ ਆ ਕਣਕ ਚੌਲ 'ਚ। ਲੇਕਿਨ ਉਹ ਉਹਨਾਂ ਰੇਟਾਂ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਐਮਐਸਪੀ ਮਿਲਣੀ ਨਹੀਂ ਹੈ ਤੁਸੀਂ ਜਿੰਨੀ ਮਰਜੀ ਜੋਰ ਲਾ ਲਓ ਐਮਐਸਪੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਕਿਉਂਕਿ ਐਮਐਸਪੀ ਇਸ ਐਸ ਐਮਐਸਪੀ ਦੇ ਉੱਪਰ ਕੋਈ ਖਰੀਦ ਨਹੀਂ ਸਕਦਾ ਅਸੀਂ ਇਹ ਡਿਮਾਂਡ ਕਰੀਏ ਕਿ ਐਮਐਸਪੀ ਤੁਸੀਂ ਉਹਦੀ ਦਿਓ ਮਿਲਟਸ ਦੀ ਵੀ ਮਿਲਟਸ ਦੀ ਐਮਐਸਪੀ ਦਿਓ ਕਿ ਜੇ ਗਵਰਨਮੈਂਟ ਨੇ ਪ੍ਰੋਕਿਊਰ ਕਰਨੇ ਹਾਲੇ ਤੱਕ ਹਰ ਇਨੇ ਕ ਪੈਦਾ ਹੋਣਗੇ ਕਿ ਅਸੀਂ ਆਪ ਡਾਇਰੈਕਟ ਬਿਜ਼ਨਸ ਕਰ ਸਕਦੇ ਹਾਂ। ਉਹੀ ਕਹਿ ਰਹੇ ਆਂ ਵੀ ਆਪਣੇ ਵਾਸਤੇ ਜਿਹੜਾ ਬੰਦਾ ਡਾਇਰੈਕਟ ਬਿਜ਼ਨਸ ਕਰਨਾ ਹੋਵੇ ਉਹਨਾਂ ਨੂੰ ਸ਼ੁਰੂ ਸ਼ੁਰੂਆਤੀ ਦੌਰ ਤੱਕ ਕਾਫੀ ਪੈਸਾ ਬਣ ਸਕਦਾ ਉਹਨੂੰ। ਬਿਲਕੁਲ ਬਿਲਕੁਲ ਜੇ ਤੁਸੀਂ ਡਾਇਰੈਕਟ ਵਿੱਚ ਹੋ ਆਪ। ਹਾਂ ਉਹੀ ਕਹਿੰਦੇ। ਤੁਸੀਂ ਤੁਸੀਂ ਹੋਲਸੇਲ ਵਾਲੇ ਨੂੰ ਕਿਸੇ ਕਿਸੇ ਵੱਡੇ ਬੰਦੇ ਨੂੰ ਦਿਓ ਹੀ ਨਾ। ਤੁਸੀਂ ਇਹਦੀ ਖੁਦ ਮਾਰਕੀਟਿੰਗ ਕਰੋ, ਖੁਦ ਵਪਾਰ ਕਰੋ, ਕੋਆਪਰੇਟਰ ਬਣਾਓ। ਅਸੀਂ ਅਸੀਂ ਜਿਹੜਾ ਮਾਡਲ ਇਹਦਾ ਦੇ ਰਹੇ ਆਂ ਕਿ ਆਰਗੈਨਿਕ ਖੇਤੀ ਕਰੋ ਔਰ ਕੋਆਪਰੇਟਿਵ ਖੇਤੀ ਕਰੋ। ਸੇ ਕਿਸਾਨ ਰਲ ਕੇ ਕਰਨ। ਕਿਸਾਨ ਅਗਰ ਮੰਨ ਲਓ ਇੱਕ ਪਿੰਡ ਦੀ ਕੋਆਪਰੇਟਿਵ ਆ ਫਿਰ ਫੇਕ ਕਲਸਟਰ ਦੀ ਕੋਆਪਰੇਟਿਵ ਆ ਫਿਰ ਬਲੌਕ ਦੀ ਕੋਆਪਰੇਟਿਵ ਆ ਫਿਰ ਇਦਾਂ ਆਪਾਂ ਕੋਆਪਰੇਟਿਵ ਤੱਕ ਜਾਲ ਵਿਛਾ ਦਈਏ ਤੇ ਨਾਲ ਉਹਦੇ ਵਿੱਚ ਖੇਤੀ ਜਿਹੜੀ ਆ ਹੌਲੀ-ਹੌਲੀ ਚਾਹੀਏ ਇੱਕ ਸਟੇਜ 'ਚ ਆਪਾਂ ਇਕੱਠੀ ਨਹੀਂ ਵੀ ਆਰਗੇਨਿਕ ਕਰ ਸਕਦੇ ਤੁਹਾਨੂੰ ਸੋਚ ਕੇ ਰੱਖੀਏ ਆਪਾਂ ਵੀ 5 ਸਾਲਾਂ 'ਚ 10 ਸਾਲਾਂ 'ਚ ਆਪਾਂ ਨੇ ਹੌਲੀ-ਹੌਲੀ ਘਟਾਉਂਦੇ 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 ਆਰਗੇਨਿਕ ਵੱਲ ਆ ਜਾਣਾ ਹੈ ਉਹਦਾ ਵਪਾਰ ਆਪਣੇ ਹੱਥ 'ਚ ਲੈਣਾ ਹੈ ਸਾਨੂੰ ਸਾਨੂੰ ਕਿਸੇ ਤੋਂ ਐਮਐਸਬੀ ਕਿਉਂ ਮੰਗਣ ਦੀ ਲੋੜ ਪਵੇ ਅਸੀਂ ਆਪਣਾ ਵਪਾਰ ਆਪ ਕਰ ਸਕਦੇ ਹ ਗੁੱਡਿਆਂ ਤੇ ਕਿੱਥੇ ਕਿੱਥੇ ਝੂਠਾਂ ਤੇ ਰੇੜੀਆਂ ਤੇ ਵਪਾਰ ਕਰਦੇ ਹੁੰਦੇ ਸੀਗੇ ਉਹ ਉਹਦਾ ਇਹਨਾਂ ਔਖਾ ਸਮਝੀ ਅੱਜ ਤੱਕ ਕੁਝ ਵੀ ਨਹੀਂ ਅੱਜ ਘਰ ਬੈਠੇ ਤੁਸੀਂ ਆਰਡਰ ਲੈ ਸਕਦੇ ਹੋ ਔਰ ਆਰਡਰ ਲੈ ਕੇ ਪੈਸੇ ਵਾ ਵਾ ਵਾਂਸ ਲੈ ਕੇ ਫਿਰ ਭੇਜ ਸਕਦੇ ਹੋ ਕੋਰੀਅਰ ਸਿਸਟਮ ਬੜਾ ਡਿਵੈਲਪ ਹੋ ਗਿਆ ਸਾਡੇ ਕਿਤੇ ਜਾਣ ਆਉਣ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਆਰਡਰ ਲਓ ਕੋਰੀਅਰ ਕਰਾਓ ਤੇ ਭੇਜੋ ਤਾਂ ਅੱਜ ਦੇ ਯੁੱਗ 'ਚ ਵੀ ਜੇ ਅਸੀਂ ਪਖਾਰੀਆਂ ਵਾਂਗੂ ਮੰਗਰੇ ਆ ਤਾਂ ਮੈਂ ਸਮਝਦਾ ਕਿ ਅਸੀਂ ਉਸ ਸਾਇੰਸ ਨੂੰ ਵਰਤ ਨਹੀਂ ਸਕਤ ਪਾਰ ਹੈ ਅੱਜ ਕਮਿਊਨੀਕੇਸ਼ਨ ਔਰ ਜਿਹੜੀ ਕੋਰੀਅਰ ਸਿਸਟਮ ਹੈ ਭੇਜਣ ਦਾ ਸਿਸਟਮ ਹੈ ਨਾ ਵਿਕਸਤ ਹੋ ਗਿਆ ਹੈ ਵਿਗਿਆਨ ਨੇ ਸਾਇੰਸ ਨੇ ਟਰਾਂਸਪੋਰਟ ਨੇ ਕਮਿਊਨੀਕੇਸ਼ਨ ਨੇ ਨਾ ਕੁਝ ਕਹਿ ਦਿੱਤਾ ਸਾਨੂੰ ਕਿ ਸਾਨੂੰ ਹੁਣ ਉਹ ਦੇ ਉਹਦੇ ਅਕੋਰਡਿੰਗ ਉਹਦੇ ਹਾਂ ਦਾ ਬਣਨਾ ਚਾਹੀਦਾ ਔਰ ਮੈਂ ਸਮਝਦਾ ਜੇਕਰ ਕਿਸਾਨ ਉਹਦੇ ਹਾਂ ਦਾ ਹੋ ਜਾਵੇ ਤੇ ਬਾਕੀ ਲੋਕ ਆਮ ਲੋਕ ਉਹਦੇ ਹਾਂ ਦੇ ਹੋ ਜਾਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸਮੱਸਿਆ ਬਚੇਗੀ ਬਹੁਤ ਧੰਨਵਾਦ ਤੁਸੀਂ ਪੂਰੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਔਰ ਮਿਲਰਟਸ ਦੇ ਸੰਬੰਧ ਵਿੱਚ ਜਿਹੜੀਆਂ ਜਾਣਕਾਰੀਆਂ ਜਿਹੜੇ ਡਾਊਟ ਦਰਸ਼ਕਾਂ ਦੇ ਮਨਾਂ ਦੇ ਵਿੱਚ ਹੋਣਗੇ ਅੱਜ ਕਲੀਅਰ ਹੋ ਗਏ ਹੋਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸਪੈਸ਼ਲ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਮਿਲਟਸ ਯਾਨੀ ਮੂਲ ਅਨਾਜ ਇਹ ਮੂਲ ਅਨਾਜ ਨੇ ਜਿਹੜੇ ਆ ਕਣਕ ਚੌਲ ਆਏ ਨੇ ਬਾਜਰਾ ਆਏ ਨੇ ਜਿਹੜੇ ਹਣ ਦੇ ਕਣਕ ਚੌਲ ਨੇ ਬਾਜਰਾ ਆਏ ਨੇ ਮੂਲ ਅਨਾਜ ਸਾਡੇ ਹੀ ਨੇ ਤੇ ਮੂਲ ਅਨਾਜ ਦੇ ਵਿੱਚ ਕੀ ਗੁਣ ਨੇ ਕਿੱਦਾਂ ਮੂਲ ਅਨਾਜ ਕੰਮ ਕਰਦੇ ਨੇ ਕਿੱਦਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਕਿਹੜੇ ਰੂਪ ਦੇ ਵਿੱਚ ਇਸ ਨੂੰ ਆਪਾਂ ਲਿਆ ਜਾ ਸਕਦਾ ਹੈਗਾ ਪਕਾਉਣ ਦੀ ਵਿਧੀ ਕੀ ਹੈਗੀ ਹੈ ਕਿਹੜੇ ਕਿਹੜੇ ਜਿਹੜੇ ਪਕਾਏ ਹੋਏ ਪਕਵਾਨ ਨੇ ਇਹਦੇ ਵਿੱਚ ਉਹ ਸਾਨੂੰ ਫਾਇਦਾ ਦੇਣਗੇ ਕਿੱਦਾਂ ਇਹਨੂੰ ਪਕਾਇਆ ਜਾ ਸਕਦਾ ਹੈ ਕਿਹੜੇ ਕਿਹੜੇ ਰੂਪ ਰੂਪਾਂ ਦੇ ਵਿੱਚ ਅਸੀਂ ਇਸ ਦੇ ਇਹਨਾਂ ਦੇ ਪਕਵਾਨਾਂ ਨੂੰ ਅਸੀਂ ਖਾਣ ਲਈ ਬਣਾ ਸਕਦੇ ਹਾਂ ਪੂਰੀ ਪੂਰੀ ਜਾਣਕਾਰੀ ਅੱਜ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਘਰ-ਘਰ ਤੱਕ ਪਹੁੰਚਣ ਦੀ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਨਾ ਸਿਰਫ ਇਹ ਦੇ ਨਾਲ ਖੇਤੀ ਦਾ ਮਾਡਲ ਬਦਲੇਗਾ ਬਲਕਿ ਸਾਡੇ ਸਮਾਜ ਦੀ ਸਿਹਤ ਵੀ ਤੰਦਰੁਸਤ ਹੋਵੇਗੀ ਬਿਮਾਰੀਆਂ ਸਾਡੇ ਤੋਂ ਦੂਰ ਭੱਜਣਗੀਆਂ ਆਰਥਿਕਤਾ ਮਜ਼ਬੂਤ ਹੋਵੇਗੀ ਧਰਤੀ ਦੀ ਸਿਹਤ ਮਜ਼ਬੂਤ ਹੋਵੇਗੀ ਜਿਹੜਾ ਵਾਤਾਵਰਨ ਹੈ ਉਹ ਖੁਸ਼ਹਾਲ ਹੋਵੇਗਾ ਦੇਸ਼ ਖੁਸ਼ਹਾਲ ਹੋਵੇਗਾ ਤੇ ਇਹੋ ਸਾਡਾ ਮਕਸਦ ਹੈ ਤੇ ਜੇਕਰ ਅਸੀਂ ਇਹ ਜਿਹਹਾ ਕਰਨ ਚ ਕਾਮਯਾਬ ਰਹਨੇ ਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਆਜੇ ਰੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ